ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਸੁਖੋ ਟਲ ਗੁਰ ਸੇਵੀਐ ਐਨ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਜਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਤੁਧ ਜਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਤੋ ਬਿਦ ਨੇਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਤੋ ਬਿਦ ਨੇਕੀ ਖਟਾਨੀ ਜੀ ਕੀ ਏਕੈ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿਨ ਦਿਲ ਨਹੀਂ ਕੀਮਤ ਜਾਨੀ ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ ਡਿਗੈ ਨਾ ਡੋਲੈ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਬੀਚ ਹਮ ਤੁਮ ਕਸ਼ ਹੋਤੇ ਤਿਨਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਨਕ ਬਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਵਾਜੇ ਅਨਹਤ ਬਾਨੀ ਕਹੋ ਨਾਨਕ ਨਿਹਚਲ ਕਰ ਬਾਦਿਓ ਗੁਰ ਕੀਓ ਬੰਦਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਵਾਜੇ ਅਨਹਤ ਬਾਨੀ
ਕਹਨ ਨਿਕ ਨਿਹਚਲ ਕਰ ਬਾਧਿਓ ਗੁਰ ਕੀਓ ਬੰਧਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ, ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਅਪਾਰ ਕਿਰਪਾ ਕੀਤੀ ਹੈ ਕਿ ਸਾਨੂੰ ਜ਼ਿੰਦਗੀ ਦੇ ਕੁਝ ਪਲ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਕੇ ਸਿਧਾਂਤ ਨੂੰ ਸਰਵਣ ਕਰਕੇ ਸਫਲਾ ਕਰਨ ਦਾ ਮੌਕਾ ਬਖਸ਼ਿਆ। ਆਪਾਂ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਜਦੋਂ ਗੁਰਮੁਖ ਪਿਆਰੇ ਕੀਰਤਨ ਕਰ ਰਹੇ ਸਨ, ਮੇਰਾ ਇਕਦਮ ਖਿਆਲ ਲਾਹੌਰ ਤੇ ਪਾਗ ਪੱਟਣ ਵਿੱਚ ਘੁੰਮ ਗਿਆ। ਉਹਦਾ ਕਾਰਨ ਕਿ ਆਸਾ ਜੀ ਦੀ ਵਾਰ ਸਤਿਗੁਰੂ ਪਾਤਸ਼ਾਹ ਨੇ ਦੋ ਪੜਾਵਾਂ ਵਿੱਚ ਚਾਰਨ ਕੀਤੀ ਹੈ। ਪਹਿਲੀਆਂ ਨੌ ਪੌੜੀਆਂ ਬਾਬਾ ਸ਼ੇਖ ਫਰੀਦ ਦੇ ਡੇਰੇ ਵਿੱਚ ਬਾਬਾ ਸ਼ੇਖ ਬ੍ਰਹਮ ਨੂੰ ਮੁਖਾਤਬ ਕਰਕੇ ਉਚਾਰਨ ਕੀਤੀਆਂ, ਔਰ ਦੂਸਰੀ ਪਾਵਨ ਬਾਣੀ ਲਾਹੌਰ ਸ਼ਹਿਰ ਵਿੱਚ ਜਿਹਨੂੰ ਦੁਨੀ ਚੰਦ ਦਾ ਚੌਟਾ ਕਹਿੰਦੇ ਹਨ, ਉਸ ਦੁਨੀ ਚੰਦ ਨੂੰ ਸੰਬੋਧਨ ਕਰਕਿਆਂ ਗੁਰਦੇਵ ਨੇ ਬਾਣੀ ਉਚਾਰਨ ਕੀਤੀ। ਹਰ ਪੱਖ ਦੇ ਤਿੰਨ ਅੰਗ ਨੇ। ਪਹਿਲਾ ਕਾਰਨ, ਦੂਜੀ ਘਟਨਾ ਤੇ ਤੀਸਰਾ ਉਸਦਾ ਨਸੀਦਾ। ਮਨੁੱਖੀ ਸੁਭਾਅ ਵਿੱਚ ਬਹੁਤ ਵੱਡੀ ਕਮਜ਼ੋਰੀ ਹੈ, ਆਪਾਂ ਆਪਣੇ ਆਪ ਨੂੰ ਛੁਪਾਉਣ ਦੀ ਬਜਾਏ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ, ਭਾਵੇਂ ਕਿਸੇ ਰੂਪ ਵਿੱਚ ਵੀ ਹੋਵੇ। ਮੂੰਹ ਤਿਆਗੀ ਵਿਰਾਗੀ ਬਣੀਏ, ਪਰ ਮਨ ਦੀ ਭਾਵਨਾ ਹੁੰਦੇ ਵੀ ਲੋਕ ਜਾਣਨ ਵੀ ਇਹ ਵੀ ਕੁਝ ਹੈ, ਜਦਕਿ ਆਪਾਂ ਹੈ ਨਹੀਂ। ਮੈਂ ਹੁਣੇ ਹੀ ਜਲ ਪਾਣੀ ਛੱਕ ਕੇ ਆਇਆ ਬਾਬਾ ਭਗਤ ਜੀ ਦੇ ਕਮਰੇ ਵਿੱਚ, ਤੇ ਉੱਥੇ ਬੈਠਿਆਂ ਬੈਠਿਆਂ ਮੇਰੇ ਮਨ ਵਿੱਚ ਖਿਆਲ ਆਇਆ, ਫਰੀਦਾ ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ, ਲੋਕਾਂ ਆਪੋ ਆਪਣੀ ਮੈਂ ਆਪਣੀ ਪਈ। ਇਹ ਖਿਆਲ ਮੇਰੇ ਅੰਦਰ ਕਿਉਂ ਆਇਆ? ਜਿਸ ਥਾਂ ਤੇ ਅੱਜ ਸਤਿਗੁਰੂ ਪਾਤਸ਼ਾਹ ਨੇ ਮੈਨੂੰ ਇੱਥੇ ਕਥਾ ਦਾ ਮੌਕਾ ਬਖਸ਼ਿਆ, ਮੈਂ ਵਿਦਿਆਰਥੀ ਰੂਪ ਵਿੱਚ ਸੰਤ ਬਾਬਾ ਕਰਤਾਰ ਸਿੰਘ ਨਾਲ ਇੱਥੇ ਆਉਂਦਾ ਰਿਹਾ, ਔਰ ਉਹ ਬਾਬਾ ਬਜ਼ੁਰਗ ਜਿਨ੍ਹਾਂ ਨੇ ਮੂੰਹ ਢੱਕ ਕੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ, ਉਹਨਾਂ ਦੀ ਸੇਵਾ ਤੇ ਭਾਵਨਾ ਨੂੰ ਵੇਖ ਕੇ ਮੇਰਾ ਅੱਜ ਵੀ ਉਹਨਾਂ ਦੇ ਚਰਨਾਂ ਵਿੱਚ ਸਿਰ ਝੁਕਦਾ। ਬਜ਼ੁਰਗ ਤੁਸੀਂ ਨਾ, ਮੈਂ ਨਾਂ ਨਹੀਂ ਜਾਣਦਾ ਉਹਨਾਂ ਦਾ, ਉਹਨਾਂ ਜ਼ਿੰਦਗੀ ਪ੍ਰਯੰਤ ਨਿਸ਼ਕਾਮ ਗੁਰੂ ਕੀ ਰਹਿਮਤ ਨੂੰ ਪ੍ਰਾਪਤ ਕਰਨ ਲਈ ਸੇਵਾ ਕੀਤੀ। ਸੰਤ ਬਾਬਾ ਹਰਨਾਮ ਸਿੰਘ ਜੋ ਸਾਹਮਣੇ ਐਸ ਪਾਸੇ ਛੱਪਰ ਹੁੰਦੇ ਸਨ, ਉਸ ਮੰਜੇ ਤੇ ਬੈਠਿਆਂ ਮੈਂ ਵੇਖਿਆ ਸੰਤ ਬਾਬਾ ਕਰਤਾਰ ਸਿੰਘ ਨੂੰ ਪੈਣ ਵਾਲੇ ਪਾਸੇ, ਕਿਉਂਕਿ ਬਜ਼ੁਰਗ ਕਰਕੇ ਸਤਿਕਾਰ ਕਰਦੇ ਸਨ।
ਉਹ ਸਾਰੇ ਦੇ ਸਾਰੇ ਸੀਨ ਮੇਰੀਆਂ ਅੱਖਾਂ ਦੇ ਸਾਹਮਣੇ ਲੰਘ ਗਏ। ਔਰ ਉਹੋ ਹੀ ਵਿਚਾਰ ਮੇਰੇ ਮਨ ਵਿੱਚ ਆਏ, ਲਾਹੌਰ ਦਾ ਰਹਿਣ ਵਾਲਾ ਸੇਠ, ਉਹਦਾ ਨਾਮ ਦੁਨੀ ਚੰਦ ਕੇ ਇਤਿਹਾਸ ਵਿੱਚ ਅੰਕਿਤ ਹੈ। ਸਾਡੇ ਸਿੱਖ ਇਤਿਹਾਸ ਵਿੱਚ ਬਹੁਤ ਸਾਰੇ ਦੁਨੀ ਚੰਦਾਂ ਦਾ ਜ਼ਿਕਰ ਆਉਂਦਾ ਹੈ। ਇੱਕ ਦੁਨੀ ਚੰਦ ਪੱਟੀ ਦਾ ਰਾਜਾ, ਇੱਕ ਦੁਨੀ ਚੰਦ ਭਾਈ ਸਾਹਲੋ ਦਾ ਪੋਤਰਾ ਜੋ ਅਨੰਦਪੁਰ ਸਾਹਿਬ ਤੋਂ ਭੱਜਾ। ਇਸੇ ਪ੍ਰਕਾਰ ਇਹ ਦੁਨੀ ਚੰਦ ਸੇਠ ਸੀ, ਇਹਨੇ ਆਪਣੇ ਦਰਵਾਜ਼ੇ ਦੇ ਅੱਗੇ 7 ਝੰਡੇ ਲਾਏ ਹੋਏ ਹਨ, ਜਿਵੇਂ ਅੱਜ ਵੀ ਰਿਵਾਜ ਹੈ ਝੰਡੇ ਲਾਉਣ ਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਤਿਕਾਰਯੋਗ ਭਾਈ ਮਰਦਾਨਾ ਜੀ ਨੇ ਪੁੱਛਿਆ ਵੀ ਇਹ ਝੰਡੇ ਇੰਨੇ ਕਿਉਂ? ਉਹਦੇ ਕਰਿੰਦਿਆਂ ਨੇ ਦੱਸਿਆ ਵੀ ਸਾਡੇ ਸੇਠ ਕੋਲ 7 ਲੱਖ ਰੁਪਈਆ ਹੈ, ਤੇ ਜਿਹੜੇ ਵਿਅਕਤੀ ਦੇ ਕੋਲ 1 ਲੱਖ ਰੁਪਈਆ ਹੋਵੇ ਨਾ, ਉਹ ਆਪਣੇ ਦਰਵਾਜ਼ੇ ਦੇ ਅੱਗੇ 1 ਝੰਡਾ ਲਾ ਸਕਦਾ ਹੈ। ਉਹਨੇ 7 ਲਾਏ ਸਨ। ਸਤਿਗੁਰੂ ਪਾਤਸ਼ਾਹ ਨੇ ਯੁਕਤੀ ਵਰਤੀ, ਸਾਖੀ ਬਹੁਤ ਅਲਮੇਰੀ, ਪਰ ਆਪਾਂ 2 ਦੀ ਪੁਆਇੰਟ ਲਈਏ। ਪਾਤਸ਼ਾਹ ਨੇ ਆਖਿਆ ਵੀ ਸੇਠਾ ਤੇਰੀ ਚੱਲਦੀ ਬੜੀ ਹੈ, ਤੇ ਸਾਡਾ ਇੱਕ ਨਿੱਕਾ ਜਿਹਾ ਕੰਮ ਕਰੀ, ਸੋਈ ਆਪਣੇ ਕੋਲ ਰੱਖ ਲਾ, ਕਿਉਂਕਿ ਤੇਰੇ ਨਾਲ ਇੰਨਾ ਮਾਲ ਮਾਤਾ ਜਾਵੇਗਾ, ਸਾਡੀ ਸੂਈ ਲੈ ਜੀ, ਲੋੜ ਪੈਣ ਤੇ ਅਸੀਂ ਸੂਈ ਤੇਰੇ ਕੋਲ ਲੈ ਲਾਂਗੇ। ਮਨ ਵਿੱਚ ਵਿਚਾਰ ਨਹੀਂ ਕੀਤੀ, ਆਪਣੇ ਘਰ ਗਿਆ, ਧਰਮ ਪਤਨੀ ਨਾਲ ਜਾ ਕੇ ਗੱਲ ਕੀਤੀ, ਤੇ ਬੀਬੀ ਹੱਸ ਪਈ, ਕਹਿਣ ਲੱਗੀ ਸਵਾਮੀ ਜੀ ਤੁਸੀਂ ਬੜੇ ਭੋਲੇ ਹੋ, ਆਪਣੇ ਨਾਲ ਤਾਂ ਤਨ ਵੀ ਨਹੀਂ ਜਾਣਾ, ਤੇ ਸੂਈ ਕਿਵੇਂ ਜਾਏਗੀ? ਇੱਕਦਮ ਵਾਪਸ ਮੁੜਿਆ ਤੇ ਕਹਿਣ ਲੱਗਾ ਪਾਤਸ਼ਾਹ ਮੈਂ ਭੁੱਲ ਗਿਆ, ਮੇਰੇ ਨਾਲ ਇਹ ਪਦਾਰਥ ਨਹੀਂ ਜਾਣੇ, ਮੈਂ ਸੂਈ ਲਿਜਾ ਨਹੀਂ ਸਕਦਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦੁਨੀ ਚੰਦਾ ਜੇ 7 ਲੱਖ ਜਾਣਗੇ ਸਾਡੀ ਸੂਈ ਨਾ ਜਾਏਗੀ। ਇੱਕਦਮ ਧਰਮ ਕਰਕੇ ਗੁਰੂ ਕੇ ਚਰਨਾਂ ਤੇ ਢਹਿ ਪਿਆ, ਔਰ ਸਤਿਗੁਰੂ ਪਾਤਸ਼ਾਹ ਨੇ ਉਹਨੂੰ ਮੁਖਾਤਬ ਕਰਦਿਆਂ ਆਸਾ ਦੀ ਵਾਰ ਦੀਆਂ 15 ਪੌੜੀਆਂ ਉਚਾਰਨ ਕੀਤੀਆਂ, ਉਹ ਆਪਾਂ ਕੀਰਤਨ ਸਰਵਣ ਕੀਤਾ ਹੈ। ਅਲਾਹੀ ਫਰਮਾਨ ਜੋ ਸਤਿਗੁਰੂ ਪੰਚਮ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਹਦਾ ਕੇਂਦਰੀ ਨੁਕਤਾ ਹੈ ਜੀ ਕੀ ਏਕੇ ਹੀ ਪੈਮਾਨੀ। ਸਾਰੇ ਸ਼ਬਦ ਹੈ, ਇਹਨੂੰ ਆਪਾਂ ਨਿਚੋੜ ਕਹਿ ਸਕਦੇ ਹਾਂ, ਸਰੰਸ਼ ਕਹਿ ਸਕਦੇ ਹਾਂ, ਸੈਂਟਲ ਏਡੀਆ ਕਹਿ ਸਕਦੇ ਹਾਂ। ਗੁਰੂ ਕੇ ਸਿੱਖਾ ਗੱਲ ਤਾਂ ਬਣੇਗੀ ਜੇ ਕੇਵਲ ਤੇ ਕੇਵਲ ਤੇਰਾ ਮਨ ਇੱਕ ਤੇ ਮੰਨੇ। ਆਪਾਂ ਇੱਕ ਤੇ ਨਹੀਂ ਖਲੋਂਦੇ, ਮੈਂ ਆਮ ਪੇਂਡੂ ਹੋਣ ਕਰਕੇ ਬੇਨਤੀ ਕਰਦਾ ਰਹਿੰਦਾ ਹੈ, ਜਿਹੜੀ ਬੀਬੀ ਦਾ ਪਤੀ ਇੱਕ ਹੈ ਨਾ, ਉਹਨੂੰ ਸੁਹਾਗਣ ਕਹਿੰਦੇ ਹਨ, ਤੇ ਜਿਹਦਾ ਇੱਕ ਤੇ ਅਕੀਦਾ ਨਹੀਂ ਉਹਨੂੰ ਕੋਈ ਸੁਹਾਗਣ ਨਹੀਂ ਕਹੇਗਾ। ਦੁਹਾਗਣ ਲਫ਼ਜ਼ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ, 2 ਸ਼ਬਦਾਂ ਦਾ ਕੰਬੀਨੇਸ਼ਨ ਹੈ, 2 ਆਂਗਨ ਆਂਗਨ ਕਹਿੰਦੇ ਨੇ ਵਿਹੜੇ ਨੂੰ, ਜਿਹੜੀ ਸ਼ੌ ਦੇ ਵਿਹੜੇ ਚੋਂ ਲੰਘ ਕੇ ਤੇ ਦੂਜੇ ਵਿਹੜੇ ਵਿੱਚ ਚਲੀ ਜਾ ਉਹਨੂੰ ਦੁਹਾਗਣ ਕਹਿੰਦੇ ਹਨ। ਅੱਜ ਦੇ ਸਾਰੇ ਸ਼ਬਦ ਦਾ ਜੋ ਨਿਚੋੜ ਹੈ ਉਹ ਹੈ
ਜੀ ਕੀ ਏਕੇ ਹੀ ਪੈ ਮਾਨੀ, ਉਹ ਗੁਰਮੁਖ ਜਨ ਉਹ ਪਵਿੱਤਰ ਰੂਹਾਂ ਜਿਨ੍ਹਾਂ ਦਾ ਇੱਕ ਤੇ ਮਨ ਮੰਨਿਆ ਨਾ, ਉਹਨਾਂ ਨੇ ਆਪਣੀ ਜੀਵਨ ਦੀ ਰਾਸ ਨੂੰ ਸੰਭਾਲ ਲਿਆ। ਇਹਦੇ ਸੰਬੰਧ ਵਿੱਚ ਜਿਵੇਂ ਸਤਿਗੁਰੂ ਪਾਤਸ਼ਾਹ ਖੁਲਾਸੇ ਦੇ ਸਹਿਜ ਸਾਡੇ 'ਤੇ ਕਿਰਪਾ ਕਰਨਗੇ, ਆਪਾਂ ਵਿਚਾਰ ਕਰੀਏ ਅਤੇ ਮਨ ਦੀ ਇਕਾਗਰਤਾ ਵਾਸਤੇ ਇੱਕੋ ਇੱਕ ਯਤਨ ਹੈ। ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ। ਰਾਗ ਮਾਲਾ ਦੇ ਮੁਤਾਬਕ ਇਹ ਮਾਲ ਕੌਸ਼ਕ ਰਾਗ ਦੀ ਰਾਗਨੀ ਹੈ। ਔਰ ਜਿਹੜੇ ਅਨੁਭਵੀ ਪੁਰਸ਼ ਨੇ ਉਹਨਾਂ ਨੇ ਇੱਕ ਨਹੀਂ ਇੱਕ ਇੱਕ ਪੰਕਤੀ ਦੇ, ਮੈਂ ਸੰਤ ਬਾਬਾ ਕਿਰਪਾਲ ਸਿੰਘ ਮਹਾਂਪੁਰ ਸੱਤੋ ਵਾਲੀ ਗਲੀ ਵਾਲੇ ਹੋਏ ਨੇ, ਉਹਨਾਂ ਦਾ ਟੀਕਾ ਬੜੇ ਧਿਆਨ ਨਾਲ ਵਾਜਿਆ ਹੈ। ਉਹਨਾਂ ਕਈ ਥਾਵਾਂ ਤੇ 48-48 ਅਰਥ ਕੀਤੇ ਹਨ ਬਾਬਾ ਕਿਰਪਾਲ ਸਿੰਘ ਜੀ ਨੇ। ਪਰ ਇਹ ਨਾਲ ਗੱਲ ਕਹੀ ਵੀ ਗੁਰਮੁਖੋ ਮੈਨੂੰ ਇੰਨਾ ਕੁ ਅਨੁਭਵ, ਪਰ ਇੱਥੇ ਗੱਲ ਮੁੱਕੀ ਨਹੀਂ। ਇਸ ਤਰ੍ਹਾਂ ਅਧਿਆਤਮਿਕ ਪੁਰਸ਼ਾਂ ਨੇ ਇਹ ਧਨਾਸਰੀ ਦਾ ਅੰਤਰੀਵ ਅਰਥ ਇਹ ਵੀ ਕੀਤਾ ਹੈ। ਧਨ ਕਹਿੰਦੇ ਨੇ ਇਸਤਰੀ ਨੂੰ, ਆਸਰਾ ਤੋਂ ਭਾਵ ਹੈ ਓਟ ਰੱਖਣਾ। ਜਿਵੇਂ ਇੱਕ ਜੀਵ ਰੂਪੀ ਇਸਤਰੀ ਆਪਣੇ ਪਤੀ ਦਾ ਅੱਠੇ ਪਰ ਓਟ ਆਸਰਾ ਰੱਖਦੀ ਹੈ ਨਾ, ਇਸੇ ਪ੍ਰਕਾਰ ਏਕਾ ਪੁਰਖ ਸਬਾਈ ਲਾਰ, ਸਾਡਾ ਸਾਰਿਆਂ ਦਾ ਪਤੀ ਪਰਮਾਤਮਾ ਇੱਕ ਹੈ ਤੇ ਗੁਰੂ ਕੇ ਸਿੱਖਾ ਮਨ ਕਰਕੇ ਉਸ ਪਰਿਪੂਰਨ ਪਰਮਾਤਮਾ ਤੇ ਓਟ ਰੱਖ। ਇਹ ਸਤਿਗੁਰੂ ਪਾਤਸ਼ਾਹ ਆਰੰਭ ਵਿੱਚ ਕਿਰਪਾ ਕਰਦੇ ਹਨ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਜਿੰਨਾ ਗੁਰਮੁਖਾਂ ਦੇ ਇੱਕ ਦੇ ਮਨ ਮੰਨ ਗਿਆ ਨਾ, ਉਹਨਾਂ ਦੇ ਅੰਦਰ ਇੱਕ ਤਬਦੀਲੀ ਆਉਂਦੀ ਹੈ। ਤਬਦੀਲੀ ਆਪਾਂ ਕਹਿੰਦੇ ਇਹ ਮਕਾਨ ਮੇਰਾ ਹੈ, ਇਹ ਪੁੱਤਰ ਮੇਰੇ ਹਨ, ਇਹ ਪੈਸੇ ਮੇਰੇ ਨੇ, ਪਰ ਉਹ ਗੁਰੂ ਕੇ ਲਾਲ ਹਰ ਵਸਤੂ ਨੂੰ ਪਰਮਾਤਮਾ ਦੀ ਕਰਕੇ ਜਾਣਦੇ ਹਨ। ਇਹ ਤਾਨ, ਇਹ ਮਾਨ, ਇਹ ਧਨ ਜਿਨ੍ਹਾਂ ਨੇ ਉਸ ਪਰਿਪੂਰਨ ਪਰਮਾਤਮਾ ਦਾ ਸਮਝ ਲਿਆ ਨਾ, ਉਹ ਚਤਰ ਹਨ, ਉਹ ਸਿਆਣੇ ਹਨ। ਤਿਨਹੀਂ ਸੁਣਿਆ ਦੁੱਖ ਸੁੱਖ ਮੇਰਾ। ਔਰ ਉਹ ਕੇਵਲ ਤੇ ਕੇਵਲ ਇੱਕ ਅਰਦਾਸ ਕਰਕੇ ਕਹਿੰਦੇ ਨੇ ਵੀ ਮੇਰੇ ਦੁੱਖ ਤੇ ਸੁੱਖ ਨੂੰ ਸੁਣਨ ਵਾਲਾ ਕੇਵਲ ਤੇ ਕੇਵਲ ਇੱਕ ਪਰਮਾਤਮਾ ਹੈ। ਤੇ ਇਹ ਖਿਆਲ ਕਿਹਦੇ ਅੱਗੇ ਆਉਣਗੇ, ਜਿਨ੍ਹਾਂ ਨੇ ਆਪਣਾ ਤਨ, ਜਿਨ੍ਹਾਂ ਨੇ ਆਪਣਾ ਮਨ ਤੇ ਜਿਨ੍ਹਾਂ ਨੇ ਆਪਣਾ ਤਨ ਪਰਮੇਸ਼ਰ ਦਾ ਸਮਝਣਾ ਕੀਤਾ ਹੈ। ਆਪਾਂ ਰੋਜ਼ਾਨਾ ਹੀ ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ। ਹਜ਼ੂਰ ਨੇ ਸਾਨੂੰ ਇੱਕ ਚਾਬੀ ਦਿੱਤੀ ਹੈ, ਇਹ ਵੱਖਰੀ ਗੱਲ ਹੈ ਵੀ ਆਪਾਂ ਚਾਬੀ ਦੀ ਵਰਤੋਂ ਨਹੀਂ ਕਰਦੇ। ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆ ਪਾਈਏ। ਗੁਰੂ ਕੇ ਸਿੱਖਾ ਇਹ ਤਿੰਨੇ ਦੇ ਤਿੰਨੇ ਚੀਜ਼ਾਂ ਗੁਰੂ ਪਰਮੇਸ਼ਰ ਨੂੰ ਸੌਂਪ ਕੇ ਹੁਕਮ ਮੰਨ, ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਪਰ ਬਦਕਿਸਮਤੀ ਹੁਕਮ ਮੰਨਣਾ ਬੜਾ ਔਖਾ ਹੈ, ਮੰਨਦੇ ਕਿਉਂ ਨਹੀਂ?
ਹਜ਼ੂਰ ਨੇ ਕਲੀਅਰ ਕੱਟ ਆਖਿਆ, ਨਾਨਕ ਹੁਕਮੈ ਜੇ ਬੁਝਾਏ ਧੌਮੇ ਕਹਿ ਨਾ ਕੋਏ। ਮੈਨੂੰ 33 ਸਾਲ ਹੋ ਗਏ ਨੇ ਦਰਬਾਰ ਸਾਹਿਬ ਕਥਾ ਕਰਦਿਆਂ, ਔਰ ਹੁਣ ਤੱਕ ਜੋ ਮੈਂ ਸਮਝਿਆ ਨਾ ਗੁਰੂ ਦੀ ਕਿਰਪਾ ਸਦਕਾ, ਉਹ ਇਹ ਹੈ ਆਪਾਂ ਸਤਿਗੁਰੂ ਨਾਨਕ ਪਾਤਸ਼ਾਹ ਮੈਂ 550 ਸਾਲਾ ਪ੍ਰਕਾਸ਼ ਦਿਹਾੜਾ ਥਾਂ ਥਾਂ 'ਤੇ ਮਨਾ ਰਹੇ ਹਾਂ। ਉਹਨਾਂ ਨੇ ਸਭ ਤੋਂ ਵੱਡੀ ਕ੍ਰਾਂਤੀ ਇਹ ਲਿਆਂਦੀ ਹੈ, ਮੈਂ ਨੂੰ ਖਤਮ ਕਰਕੇ ਸਾਨੂੰ ਤੂੰ ਨਾਲ ਜੋੜਿਆ। ਗੁਰੂ ਦੀਆਂ ਬੇਅੰਤ ਵਡਾਈਆਂ ਨੇ। ਇਹ ਨਹੀਂ ਪੇਦ ਨਾਲ ਗੱਲ ਮੁੱਕ ਗਈ, ਮੇਰੇ ਕਹਿਣ ਦਾ ਭਾਵ ਹੈ ਕਿ ਇਹ ਗੱਲ ਮੇਰੇ ਮਨ ਨੂੰ ਬੜੀ ਟੁੰਬਦੀ ਹੈ। ਅਸੀਂ ਵੇਦਾਂਤ ਪੜ੍ਹਦੇ ਹਾਂ ਅਤੇ ਚਾਰ ਵੇਦਾਂ ਦੇ ਚਾਰ ਮਹਾਂਵਾਕਾਂ ਦਾ ਜ਼ਿਕਰ ਸਾਨੂੰ ਪੜ੍ਹਾਇਆ ਜਾਂਦਾ ਹੈ, ਐਂਗ ਆਤਮ ਬ੍ਰਹਮ ਤਤੁੰਗ ਮਸੀਹ ਪ੍ਰਗਿਆਨਮਾਨੰਦ ਅੰਗ ਬ੍ਰਹਮ ਅਸਮੀ। ਇਸੇ ਤਰ੍ਹਾਂ ਇਸਲਾਮ ਦਾ ਐਨ ਲੱਕ, ਇਹਨਾਂ ਪੰਜਾਂ ਦਾ ਇੱਕੋ ਇੱਕ ਅਰਥ ਹੈ ਕਿ ਮੈਂ ਹੀ ਰੱਬ ਹਾਂ, ਮੈਂ ਹੀ ਰੱਬ ਹਾਂ। ਲੇਕਿਨ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਬਾਣੀ ਨੂੰ ਵਾਚੀਏ ਵਿਚਾਰੀਏ ਅਤੇ ਮੇਰੇ ਪਾਤਸ਼ਾਹ ਨੇ ਥਾਂ ਥਾਂ 'ਤੇ ਜ਼ਿਕਰ ਕੀਤਾ ਹੈ, ਜਬ ਹਮ ਹੋਤੇ ਤਬ ਤੂੰ ਨਹੀਂ, ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ, ਜਬ ਮੇਰੀ ਮੇਰੀ ਮਿਟ ਜਾਏ ਤਾਂ ਪ੍ਰਭ ਕਾਰ ਸਵਾਰੇ ਆਏ। ਜਿਵੇਂ ਅੱਜ ਦਾ ਫਰਮਾਨ ਹੈ ਨਾ, ਜੀ ਕੀ ਏਕ ਹੀ ਪੈਮਾਨੀ, ਇਸੇ ਪ੍ਰਕਾਰ ਇੱਕ ਡੂੰਘਾ ਸਿਧਾਂਤ ਸਾਨੂੰ ਸਤਿਗੁਰੂ ਪਾਤਸ਼ਾਹ ਨੇ ਦਿੱਤਾ ਤੂੰ ਦਾ। ਆਪਾਂ ਅਕਸਰ ਜਦੋਂ ਵੀ ਕਿਸੇ ਆਪਣੇ ਵਾਕਫ ਨੂੰ, ਭੈਣ ਭਰਾ ਨੂੰ, ਦੋਸਤ ਮਿੱਤਰ ਨੂੰ ਮਿਲਦੇ ਹਾਂ ਤੇ ਸਾਡੇ ਮਿਲਣ ਦਾ ਇੱਕ ਢੰਗ ਤਰੀਕਾ ਸੀ, ਕਹਿੰਦੇ ਭੈਣ ਜੀ ਤੁਸੀਂ ਕਦੋਂ ਆਇਓ, ਗੁਰਮੁਖੋ ਤੁਹਾਡਾ ਕੀ ਹਾਲ ਹੈ, ਤੁਸੀਂ ਕਦੇ ਮਿਲੇ ਨਹੀਂ। ਕਹਿਣ ਦਾ ਭਾਵ ਕਿ ਅਸੀਂ ਬਹੁ ਵਚਨ ਵਰਤਦੇ ਹਾਂ ਤੇ ਜੇ ਕੋਈ ਇਹ ਕਹਿ ਦੇ ਵੀ ਭੈਣ ਤੂੰ ਕਦੋਂ ਆਈ ਹੈ, ਤੂੰ ਕਦੇ ਵੇਖਿਆ ਹੀ ਨਹੀਂ, ਉਹ ਬੋਲਣ ਭਾਵੇਂ ਨਾ ਬੋਲਣ ਪਰ ਅੰਦਰ ਬੜੀ ਤੈਸ਼ ਆਵੇਗੀ ਕਿ ਇਹਨੂੰ ਬੋਲਣ ਦਾ ਸਲੀਕਾ ਨਹੀਂ, ਤੂੰ ਤੂੰ ਕਰਕੇ ਬੋਲਦਾ ਹੈ। ਲੇਕਿਨ ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਜਦੋਂ ਵੀ ਸਤਿਗੁਰੂ ਪਾਤਸ਼ਾਹ ਨੇ ਪਰਮੇਸ਼ੁਰ ਨੂੰ ਮੁਖਾਤਬ ਕੀਤਾ, ਸੰਬੋਧਨ ਕੀਤਾ, ਉਦੋਂ ਤੂੰ ਕਰਕੇ ਕੀਤਾ। ਜਿੰਨਾ ਕੁ ਮੈਨੂੰ ਮਹਾਰਾਜ ਨੇ ਸੋਝੀ ਬਖਸ਼ੀ ਉਹਦੇ ਮੁਤਾਬਕ ਮੈਂ ਤੂੰ ਵੇਖਿਆ, ਮੈਨੂੰ ਤੁਸੀਂ ਲੱਭਾ ਨਹੀਂ। ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਬਾਗ ਰਾਗ ਵਿੱਚ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈਂ, ਤਾਂ ਪੋ ਕਿਹਾ ਗਾੜਾ ਜੋ। ਇੱਕ ਪੰਕਤੀ ਵਿੱਚ 5 ਵਾਰ ਤੂੰ ਆਖਿਆ, ਕਾਰਨ ਕੀ ਹੈ? ਗੁਰੂ ਕੀ ਹਰ ਗੱਲ ਵਿੱਚ ਰਾਜ ਹੈ। ਤੂੰ ਦਾ ਭਾਵੇ ਯੂਨੀਕ ਪਰਸਨ, ਕੇਵਲ ਤੇ ਕੇਵਲ ਇੱਕ। ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਨਾ ਵੇਦਾਂਤ ਬਾਰੇ, ਉੱਥੇ ਮੈਂ ਅਸੀਂ ਹਿੰਦੂ ਧਾਰਮਿਕ ਸਾਹਿਤ ਪੜ੍ਹਦੇ ਹਾਂ, ਉੱਥੇ ਜਦੋਂ ਵੀ ਆਰਾਧਨਾ ਆਵੇਗੀ ਉੱਥੇ ਦੋ ਦੀ ਗੱਲ ਚੱਲੇਗੀ, ਇੱਕ ਦੀ ਨਹੀਂ। ਜੈ ਸੀਤਾ ਰਾਮ, ਲਕਸ਼ਮੀ ਨਾਰਾਇਣ, ਰਾਧੇ ਸ਼ਾਮ,
ਪਰ ਸਾਨੂੰ ਸਤਿਗੁਰੂ ਪਾਤਸ਼ਾਹ ਨੇ ਦੁਬਧਾ ਚੋਂ ਕੱਢ ਕੇ ਕੇਵਲ ਤੇ ਕੇਵਲ ਇੱਕ ਨਾਲ ਜੋੜਿਆ। ਆਪਾਂ ਦਸਮ ਪਾਤਸ਼ਾਹ ਮਹਾਰਾਜ ਦੇ ਸ਼ਬਦ ਹਜ਼ਾਰੇ ਪੜ੍ਹਦੇ ਹਾਂ, ਉੱਥੇ ਹਜ਼ੂਰ ਨੇ ਸਾਨੂੰ ਸਪਸ਼ਟ ਤੌਰ 'ਤੇ ਸੁਚੇਤ ਕੀਤਾ, ਗੁਰੂ ਕੇ ਸਿਖਾ ਬਿਨ ਕਰਤਾਰ ਨਾ ਕਿਰਤ ਮਾਨੋ, ਇੱਕ ਬਿਨ ਦੂਸਰ ਸੋ ਨਾ ਚਨਾਰ, ਚਨਾਰ ਤੋਂ ਪਾਪ ਜਾਣ ਪਛਾਣ। ਤੂੰ ਇੱਕ ਵਾਹਿਗੁਰੂ ਤੋਂ ਬਿਨਾਂ ਦੂਜਿਆਂ ਦੀ ਜਾਣ ਪਛਾਣ ਵੀ ਨਾ ਕੱਢ। ਤੋ ਸਤਿਗੁਰੂ ਪਾਤਸ਼ਾਹ ਮੇਰੇ ਕਹਿੰਦੇ ਨੇ ਕਿ ਉਹ ਮਨੁੱਖ ਜਿਨ੍ਹਾਂ ਨੇ ਇਹ ਤਾਨ ਮਨ ਧਨ ਪਰਮਾਤਮਾ ਦਾ ਸਮਝ ਲਿਆ ਉਹ ਸੁਗੜ ਹਨ। ਇਸ ਥਾਂ 'ਤੇ ਸੰਤ ਬਾਬਾ ਕਰਤਾਰ ਚੜ੍ਹਦਿਆਂ ਚੜ੍ਹਦਿਆਂ ਆਤਮ ਗਿਆਨ ਦੇਵੇ, ਮੈਂ ਉਹਨੂੰ ਗੁਰੂ ਧਾਰਨ ਕਰਾਂਗਾ। ਅਤੇ ਗੁਰੂ ਬਣਨ ਦੀ ਲਾਲਸਾ ਲੋਕਾਂ ਦੇ ਮਨ ਵਿੱਚ ਬੜੀ ਹੈ, ਚੇਲੇ ਭਾਵੇਂ ਨਾ ਬਣ ਪਰ ਗੁਰੂ ਬਣਨ ਦੀ ਲਾਲਸਾ ਬੜੀ ਲੋਕਾਂ ਦੇ ਮਨ ਵਿੱਚ। ਫਲਾਣਾ ਮੇਰਾ ਸ਼ਾਗਿਰਦ ਹੈ, ਇਹ ਨਹੀਂ ਕਹਿੰਦਾ ਕਿ ਮੈਂ ਵੀ ਕਿਸੇ ਸ਼ਾਗਿਰਦ ਹਾਂ। ਪਤਾ ਨਹੀਂ ਕਿੰਨੇ ਕੁ ਲੋਕ ਗਏ ਅਤੇ ਉਹਨਾਂ ਮਹਾਂਪੁਰਸ਼ਾਂ ਨੇ ਇੱਥੇ ਕਥਾ ਕੀਤੀ ਵੀ ਇੱਕੋ ਹੀ ਨਾਮ ਦਾ ਰਿਸ਼ੀ ਰਾਜੇ ਜਨਕ ਕੋਲ ਗਿਆ ਅਤੇ ਉਹਨੂੰ ਸੰਤੁਸ਼ਟ ਨਾ ਕਰ ਸਕਿਆ। ਕਈ ਵੀਰਾਂ ਬੱਚਿਆਂ ਦੇ ਕਰਕੇ ਮਾਪਿਆਂ ਦਾ ਨਾਮ ਰੋਸ਼ਨ ਹੁੰਦਾ ਹੈ। ਆਪਾਂ ਆਮ ਕਰਕੇ ਵੱਡੀ ਉਮਰ ਵਾਲੇ ਕਹਿੰਦੇ ਕਾਕਾ ਮੇਰੇ ਨਾਂ ਦੀ ਗਲਤ ਵਰਤੋਂ ਨਾ ਕਰੀ, ਦੁਨੀਆ ਮੈਨੂੰ ਜਾਣਦੀ, ਸਾਨੂੰ ਭੁਲੇਖਾ ਹੈ। ਮੈਨੂੰ ਅੱਠਵੀਂ ਜਮਾਤ ਵਿੱਚ ਜਦੋਂ ਅਸੀਂ ਸਕੂਲੇ ਪੜ੍ਹਦੇ ਸਾਂ, ਗੱਲ ਚੇਤੇ ਹੈ, ਪੜ੍ਹਾਇਆ ਗਿਆ ਇਸ ਵੀ ਭਗਤ ਸਿੰਘ ਦਾ ਪਿਤਾ ਬਾਬਾ ਕ੍ਰਿਸ਼ਨ ਸਿੰਘ ਭਗਤ ਸਿੰਘ ਨੂੰ ਕਹਿਣ ਲੱਗਾ ਕਾਕਾ ਧਿਆਨ ਨਾਲ ਪੜ੍ਹਿਆ ਕਰ। ਪਰ ਕ੍ਰਿਸ਼ਨ ਸਿੰਘ ਦਾ ਬਹੁਤ ਘੱਟਦੇ ਜਾਣਦੇ ਅਤੇ ਭਗਤ ਸਿੰਘ ਸ਼ਹੀਦ ਦਾ ਪਿਤਾ ਕਰਕੇ ਉਸ ਕੋਹਲੀ ਰਿਖੀ ਦੇ ਘਰ ਇੱਕ ਬੱਚਾ ਪੈਦਾ ਹੋਇਆ ਜਿਹਦੇ ਸਰੀਰ ਵਿੱਚ 8 ਵਿੰਗ ਹੋਣ ਕਰਕੇ ਉਹਨਾਂ ਵਿੰਗਾਂ ਦੇ ਨਾਂ 'ਤੇ ਉਹਦਾ ਨਾਂ ਮਸ਼ਹੂਰ ਹੋ ਗਿਆ। ਅਸਲੀ ਨਾਂ ਦਾ ਪਤਾ ਨਹੀਂ ਚੱਲਦਾ, ਉਹਨਾਂ ਦਾ ਅਸ਼ਟਵੱਕਰ ਸੀ, ਅਸ਼ਟਾਵੱਕਰ ਵੱਕਰ ਕਹਿੰਦੇ ਨੇ ਵਿੰਗ ਨੂੰ, ਅਸ਼ਟ ਤੋਂ ਭਾਵ 8 ਵਿੰਗਾਂ ਵਾਲਾ। ਨਾਨਕਿਆਂ ਦੇ ਘਰ ਉਹ ਰਹਿੰਦਾ ਸੀ ਅਤੇ ਬੱਚੇ ਕਹਿਣ ਲੱਗੇ ਨਾ ਭਾਈ ਆਪਣੀ ਭੂਆ ਦਾ ਪੁੱਤਰ ਹੈ, ਇਹਦਾ ਪਿਤਾ ਵਿਚਾਰਾ ਜੇਲ੍ਹ 'ਚ, ਅਤੇ ਇਹਨੂੰ ਝਿੜਕੀ ਨਾ। ਇਹਦੀ ਤੀਖਣ ਬੁੱਧੀ ਨੇ ਗੱਲ ਫੜ ਲਈ ਅਤੇ ਕਹਿਣ ਲੱਗਾ ਅੰਮਾ ਮੇਰਾ ਬਾਪੂ, ਮਾਤਾ ਨੇ ਟਾਲਾ ਕੀਤਾ ਪਰ ਨਾ ਰਹਿਆ, ਰਾਜੇ ਜਨਕ ਕੋਲ ਆਇਆ। ਜਦੋਂ ਰਾਜੇ ਜਨਕ ਦੇ ਕੋਲ ਆਇਆ ਤਾਂ ਇਹਨੂੰ ਵੇਖ ਕੇ ਸਭਾ 'ਚ ਲੋਕ ਹੱਸ ਪਏ। ਕਹਿਣ ਲੱਗਾ ਮੈਂ ਤਾਂ ਆਇਆ ਸੀ ਪਰ ਰਾਜੇ ਦੀ ਸਭਾ, ਮੈਨੂੰ ਕੀ ਪਤਾ ਤੂੰ ਕੋਈ ਚਮਿਆਰ ਇਕੱਠੇ ਕੀਤੇ ਨੇ। ਉਹਨਾਂ ਨੂੰ ਹੋਰ ਗੁੱਸਾ ਚੜਿਆ ਵੀ ਇਨਸਲਟ ਕੀਤੀ ਹੈ। ਕਹਿਣ ਲੱਗਾ ਜੀ ਮੇਰੇ ਵਿੰਗਾਂ ਨਾਲ ਕੀ ਸੰਬੰਧ, ਜਿਹੜਾ ਤੁਹਾਡਾ ਟਾਰਗੇਟ ਮੈਂ ਪੂਰਾ ਕਰਨ ਲਈ ਆਇਆ। ਇਹ ਗੱਲ ਕੇਵਲ ਪੁਰਾਤਨ ਸਾਖੀ ਦੀ ਨਹੀਂ, ਇਹ ਅੱਜ ਵੀ ਹੈ। ਅਸੀਂ ਧਰਮ ਨੂੰ ਮਾਇਆ ਨਾਲ ਤੋਲਦੇ ਹਾਂ, ਮਾਇਆ ਨਾਲ
ਮੈਂ ਇੱਕ ਆਮ ਉਦਾਹਰਨ ਦੇਣਾ ਹੁੰਦਾ ਤੇ ਮੇਰੀ ਦਰਬਾਰ ਸਾਹਿਬ ਡਿਊਟੀ ਹੈ। ਜਿਵੇਂ ਬੱਸ ਤੇ ਬਹਿ ਕੇ ਆਉਂਦਾ ਤੇ ਕਹਿਣਾ ਸੀ ਅੰਮ੍ਰਿਤਸਰ ਭਾਈ ਜਸਵੰਤ ਸਿੰਘ ਕਥਾ ਕਰਨ ਆਇਆ ਰਾਮਪੁਰ ਖੇੜੇ, ਤੇ ਹੁਣ ਮੈਂ ਆਇਆ ਗੱਡੀ ਧੁਣ ਕਹਿੰਦੇ ਸਿੰਘ ਸਾਹਿਬ ਭਾਈ ਜਸਵੰਤ ਸਿੰਘ ਆਇਆ, ਤੇ ਜੇ ਪੰਜ ਚਾਰ ਨਾਲ ਚਿਮਚੇ ਹੋਣੇ ਤੇ ਕਹਿਣੇ ਵੱਡੇ ਗਿਆਨੀ ਜੀ ਆਏ ਨੇ, ਬੰਦਾ ਉਹ ਹੀ ਹੈ। ਅਸੀਂ ਧਰਮ ਨੂੰ ਮਾਇਆ ਨਾਲ ਤੇ ਅਸ਼ਟਾਭਕਰ ਕਹਿਣ ਲੱਗਾ ਵੀ ਰਾਜਨ ਤਿੰਨ ਚੀਜ਼ਾਂ ਨੇ, ਇੱਕ ਤਾਨ, ਇੱਕ ਮਨ ਤੇ ਇੱਕ ਧਨ, ਤੇ ਤੂੰ ਦੱਸ ਕੀ ਲੈਣਾ। ਰਾਜਾ ਜਨ ਕਹਿਣ ਲੱਗਾ ਜੇ ਮੈਂ ਤੁਹਾਨੂੰ ਧਨ ਦਿੱਤਾ ਤੇ ਮੇਰੀਆਂ ਲੋੜਾਂ ਦੀ ਪੂਰਤੀ ਨਹੀਂ ਹੋਣੀ, ਇਹ ਮੇਰੇ ਕੋਲ ਰਹਿਣ ਦਿਓ। ਅਸ਼ਟਾਭਕਰ ਕਹਿਣ ਲੱਗਾ ਵੀ ਜਿਹੜਾ ਤਨ ਹੈ ਉਹ ਤੇਰੀ ਪਤਨੀ ਦਾ ਹੈ, ਤੂੰ ਇਉਂ ਕਰ ਵੀ ਮੈਨੂੰ ਮਨ ਦੇ ਦੇ। ਰਾਜਾ ਜਨ ਕੱਸਿਆ ਕਹਿਣ ਲੱਗਾ ਮਨ ਦਾ ਕਰੇਗਾ, ਉੱਥੇ ਲਿਖਿਆ ਤੇ ਸਾਨੂੰ ਪੜ੍ਹਾਇਆ ਗਿਆ ਵੀ ਜਦੋਂ ਰਾਜਾ ਜਨ ਘੋੜੇ ਤੇ ਬਹਿਣ ਲੱਗਾ ਨਾ ਉਦੋਂ ਇੱਕਦਮ ਉਹਦੇ ਕੁੜਤੇ ਨੂੰ ਖਿੱਚ ਕੇ ਤੇ ਅਸ਼ਟਾਭਕਰ ਕਹਿਣ ਲੱਗਾ ਵੀ ਰਾਜਾ ਮੇਰਾ ਮਨ ਨਹੀਂ ਮੰਨਦਾ, ਔਰ ਉਹਨੂੰ ਆਤਮ ਗਿਆਨ ਹੋ ਗਿਆ। ਆਪਾਂ ਗੁਰਮੁਖੋ ਮੋਤਾਂ ਤੋਂ ਲੈ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਮੱਥਾ ਟੇਕਦੇ ਹਾਂ, ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਸਾਡੀਆਂ ਗੁਜ਼ਰ ਗਈਆਂ। ਆਪਾਂ ਕਹਿੰਦੇ ਕਿ ਮੈਂ ਫੁੱਲ ਭੇਟ ਕੀਤੇ, ਮੈਂ ਰੁਮਾਲਾ ਭੇਟ ਕੀਤਾ, ਮੈਂ ਆਹ ਸੇਵਾ ਕੀਤੀ, ਜਦਕਿ ਆਪਾਂ ਖੁਦ ਗੁਰੂ ਦੇ ਮੰਗਤੇ ਹਾਂ। ਜਿਹੜੀ ਚੀਜ਼ ਭੇਟ ਕਰਨੀ ਸੀ ਉਹ ਆਪਾਂ ਭੇਟ ਨਹੀਂ ਕੀਤੀ, ਉਹ ਭੇਟ ਕੀ ਹੈ ਮਨ ਵਿੱਚ ਸਤਿਗੁਰੂ ਕੇ ਪਾਸ ਅਤੇ ਸੇਵਕ ਕੇ ਕਾਰਜ ਰਾਸ, ਤੇ ਨਾਲ ਹੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ ਭਾਈ ਗੁਰਮੁਖਾ ਇਹ ਕੰਮ ਬੜਾ ਔਖਾ ਹੈ। ਮਨ ਕੀ ਮਤ ਤਿਆਗੋ ਹਰ ਜਨ, ਇਹ ਹਾ ਬਾਤ ਕਠੈਨੀ ਦੁਲਾਵਾਂ ਹਨ। ਹਰੀ ਦੇ ਜਨੋ ਮਨ ਦੀ ਮਤ ਨੂੰ ਤਿਆਗੋ, ਪਰ ਇਹ ਕੰਮ ਔਖਾ ਬੜਾ ਜੇ। ਇਸ ਕਰਕੇ ਮੇਰੇ ਪਾਤਸ਼ਾਹ ਨੇ ਆਰੰਭ ਵਿੱਚ ਕਿਹਾ ਵੀ ਉਹ ਗੁਰਮੁਖ ਜਨ ਜਿਹਨਾਂ ਨੇ ਤਨ ਮਨ ਅਤੇ ਧਨ ਪਰਮੇਸ਼ਰ ਦਾ ਕਰਕੇ ਜਾਣ ਲਿਆ ਨਾ ਵੀ ਆਪਣਾ ਕੁਝ ਵੀ ਨਹੀਂ, ਉਹ ਸੁਗੜ ਹਨ, ਉਹ ਸਜਾਨ ਹਨ, ਉਹ ਚਤਰ ਹਨ। ਤਿਨਹੀ ਸੁਣਿਆ ਦੁੱਖ ਸੁੱਖ ਮੇਰਾ, ਉਹ ਮਨੁੱਖਾਂ ਨੂੰ ਇੱਕ ਅਨੁਭਵੇ ਵੀ ਮੇਰੇ ਦੁੱਖ ਤੇ ਸੁੱਖ ਨੂੰ ਸੁਣਨ ਵਾਲਾ ਉਹ ਪਰਮਾਤਮਾ ਆਪ ਹੈ। ਤੋ ਬਿਦ ਨਿੱਕੀ ਖਟਾਨੀ, ਇਹ ਸਮਝ ਲਓ ਵੀ ਗੁਰਮੁਖ ਉਹਨਾਂ ਦੀ ਜੀਵਨ ਸਫਲਾ ਹੋ ਗਿਆ, ਉਹਨਾਂ ਨੇ ਨੇਕ ਕਮਾਈ ਕਾਲੀ ਖਟਾਨੀ ਤੋਂ ਭਾਵ ਖੱਟੀ ਕਮਾਈ, ਨਿੱਕੀ ਤੋਂ ਭਾਵ ਚੰਗੀ ਵਧੀਆ, ਉਹਨਾਂ ਨੇ ਇਹ ਚੰਗੀ ਕਮਾਈ ਕਰ ਲਈ। ਕਿਹਨਾਂ ਨੇ ਕੀਤੀ ਹੈ ਜੀ ਕੀ ਇੱਕ ਹੀ ਪਹਿਮਾਨੀ, ਜਿਨ੍ਹਾਂ ਪਵਿੱਤਰ ਰੂਹਾਂ ਦਾ ਮਨ ਕੇਵਲ ਤੇ ਕੇਵਲ ਇੱਕ ਪਰਮਾਤਮਾ ਤੇ ਮੰਨਿਆ। ਅਵਰ ਯਤਨ ਕਰ ਰਹੇ ਬਹੁਤ ਤੇਰੇ, ਹੋਰ ਕਈ ਤਰ੍ਹਾਂ ਦੇ ਕਈਆਂ ਨੇ ਯਤਨ ਕੀਤੇ, ਉਪਰਾਲਾ ਕੀਤਾ ਉਹਨਾਂ ਨੂੰ ਅਖੇੜਨ ਦਾ, ਤਿੰਨ ਤਿਲ ਨਹੀਂ ਕੀਮਤ ਜਾਨੀ, ਪਰ ਉਹਨਾਂ ਰੰਚਕ ਮਾਤਰ ਵੀ ਉਸ ਗੱਲ ਦੀ ਪਰਵਾਹ ਨਹੀਂ ਕੀਤੀ। ਤੁਹਾਡੇ ਇਲਾਕੇ ਦੀ ਸਾਖੀ ਹੈ, ਅਵਰ ਯਤਨ ਕਰ ਰਹੇ ਬਹੁਤ ਤੇਰੇ, ਤਿੰਨ ਤਿਲ ਨਹੀਂ ਕੀਮਤ ਮੰਨ ਜਾਣੀ। ਉਹ ਕਿਵੇਂ? ਅਸੀਂ ਇਤਿਹਾਸ ਵਿੱਚ ਪੜ੍ਹਦੇ ਹਾਂ
ਕਿ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਦੀ ਬਖਸ਼ੀ ਰੂਹ ਗੁਰੂ ਕੇ ਲਾਲ ਗੜ ਸ਼ੰਕਰ ਦੇ ਰਹਿਣ ਵਾਲੇ ਭਾਈ ਤਿਲਕੂ ਜੀ ਹੋਏ ਨੇ। ਔਰ ਉਸ ਮੌਕੇ ਇੱਕ ਮੇਸ਼ੇ ਨਾਮ ਦੇ ਜੋਗੀ ਨੇ ਲੋਕਾਂ 'ਚ ਪ੍ਰਚਾਰ ਕੀਤਾ ਵੀ ਜਿਹੜਾ ਮਨੁੱਖ ਮੈਨੂੰ ਆਣ ਕੇ ਮਿਲੇਗਾ, ਮੇਰੇ ਦਰਸ਼ਨ ਕਰੇਗਾ, ਉਹਨੂੰ 6 ਮਹੀਨੇ ਸੁਰਗ ਮਿਲੇਗਾ। ਜਦੋਂ ਮੈਂ ਸੁਰਗ ਦੀ ਗੱਲ ਪੜ੍ਹਦਾ ਨਾ, ਅੱਜ ਦੇ ਜ਼ਮਾਨੇ ਨਾਲ ਮੈਂ ਉਹਨੂੰ ਤੋਲਦਾ, ਸੱਚਖੰਡ ਦਾ ਗਾਹ ਹੀ ਕੋਈ ਨਹੀਂ ਬਹੁਤ ਆਪਾਂ ਸੁਰਗਵਾਸੀ ਬਣਨਾ ਚਾਹੁੰਦੇ ਹਾਂ। ਆਮ ਗੁਰਦੁਆਰਿਆਂ 'ਚ ਆਪਾਂ ਅਰਦਾਸ ਕਰਾਉਂਦੇ ਸੁਰਗਵਾਸੀ ਫਲਾਨਾ ਸਿੰਘ। ਜਦੋਂ ਬਾਪੂ ਦੀ ਮੌਤ ਹੁੰਦੀ ਹੈ ਨਾ, ਅਤੇ ਚੇਚੇ ਤੌਰ 'ਤੇ ਵੱਡੀ ਫੋਟੋ ਫਰੇਮ ਕਰਾ ਕੇ ਅਤੇ ਕਹਿੰਦੇ ਬਾਕੀ ਦੇ ਕੰਮ ਤਾਂ ਭਾਵੇਂ ਰਹਿ ਜਾਣ, ਪਰ ਭੋਗਦੇ ਮੌਕੇ 'ਤੇ ਸੁਰਗਵਾਸੀ ਬਾਪੂ ਲੈ ਕੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਸਾਹਮਣੇ ਫੋਟੋ ਰੱਖਣੀ ਹੈ। ਅਤੇ ਜਿੰਨਾ ਚਿਰ ਬਾਪੂ ਨੂੰ ਮੱਥਾ ਨਾ ਟੇਕਣ, ਉਹਨਾਂ ਚਿਰ ਲੰਗਰ ਪਾਣੀ ਨਹੀਂ ਮਿਲਣਾ, ਪਕੌੜੇ ਨਹੀਂ ਮਿਲਣੇ। ਮੈਨੂੰ ਕਿਸੇ ਨੇ ਪੁੱਛਿਆ ਵੀ ਗਿਆਨੀ ਜੀ ਇਹ ਕਿਉਂ, ਮੈਂ ਕਿਹਾ ਵੀ ਸੱਚਖੰਡ ਲੋਕਾਂ ਨੂੰ ਐਲਰਜੀ ਕਰਦਾ, ਕਿਉਂਕਿ ਉੱਥੇ ਸੱਚ ਵਰਦਾ ਅਤੇ ਆਪਾਂ ਝੂਠ ਦੇ ਗਾਹਕ ਆ। ਆਪਾਂ ਨੂੰ ਚਾਹੀਦਾ ਸੁਰਗ, ਜਿਹਨੂੰ ਕੁਰਾਨ ਵਿੱਚ ਬਿਸ਼ਤ ਕਿਹਾ ਗਿਆ, ਹਿੰਦੂ ਧਰਮ 'ਚ ਉਹਨੂੰ ਸੁਰਗ ਅਤੇ ਨਰਕ ਕਿਹਾ ਗਿਆ, ਉੱਥੇ ਪੀਣ ਖਾਣ ਦਾ ਪ੍ਰਬੰਧ ਹੈ, ਉੱਥੇ ਨੱਚਣ ਦਾ ਪ੍ਰਬੰਧ ਹੈ। ਜਿਹੜਾ ਸੱਚਖੰਡ ਦਾ ਮਾਲਕ ਉਹ ਤਾਂ ਕਹਿੰਦਾ ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕੇ ਆਪ ਤਲਾਜਾ। ਆ ਭੋਗ ਪੈਣਾ ਲਾਉਣੇ ਅਤੇ ਕਿਸੇ ਨੂੰ ਆਖਿਆ ਨਾ ਵੀ ਗੁਰਮੁਖੋ ਆਨੰਦ ਸਾਹਿਬ ਦੀਆਂ 5 ਪੌੜੀਆਂ ਪੜ੍ਹੋ, ਅਤੇ ਕਹਿਣਾ ਜੀ ਮੈਂ ਉਖੜਦਾ ਹਾਂ। ਜਦੋਂ ਦੇਗ ਵਰਤਦੀ ਹੈ ਨਾ, ਉਦੋਂ ਆਪਾਂ ਕਈ ਵਾਰ ਗਾਤਰੇ 'ਤੇ ਹੱਥ ਫੇਰ ਕੇ ਕਹਿੰਦੇ ਵੀ ਗੁਰਮੁਖਾ ਮੈਂ ਅੰਮ੍ਰਿਤ ਛਕਿਆ ਅਤੇ ਮੈਨੂੰ 5 ਦੀ ਦੇ ਦੇ, ਅਤੇ ਜੇ ਆਖੀਏ ਵੀ ਗੁਰਮੁਖਾ ਪੜ੍ਹ ਕੇ ਅੰਮ੍ਰਿਤ ਸੰਚਾਰ ਹੈ ਅਤੇ ਤੂੰ ਮਾੜਾ ਜਿਹਾ ਸੇਵਾ ਕਰ 5 ਪਿਆਰੇ 'ਚ, ਕਹਿੰਦਾ ਮੇਰੀ ਤਬੀਅਤ ਠੀਕ ਨਹੀਂ। ਵੇਖੋ ਬੰਦਾ ਉਹੀ ਹੈ, ਜੇ 5 ਦੀ ਦੇਗ ਲੈਣੀ ਤਬੀਅਤ ਠੀਕ ਹੈ, ਜੇ 5 ਪੌੜੀਆਂ 6 ਪੌੜੀਆਂ ਆਨੰਦ ਸਾਹਿਬ ਦੀਆਂ ਪੜ੍ਹਨੀਆਂ ਤਾਂ ਤਬੀਅਤ ਖਰਾਬ ਹੈ, ਅਤੇ ਜੇ 5 ਪਿਆਰਿਆਂ 'ਚ ਲੱਗਣਾ ਤਾਂ ਉਦੋਂ ਵੀ ਖਰਾਬ, ਪਰ ਕੇਵਲ ਅਤੇ ਦੇਗ ਲੈਣ ਮੌਕੇ। ਇਹ ਸਾਡੀ ਮਨ ਦੀ ਅਵਸਥਾ ਸਾਰਿਆਂ ਦੀ, ਗੁਰੂ ਕਿਰਪਾ ਕਰੇ ਬਖਸ਼ੀਆਂ ਰੂਹਾਂ ਬਣਨ, ਇਹ ਗੁਰੂ ਕੇ ਚਰਨਾਂ 'ਚ ਅਰਦਾਸ ਬੇਨਤੀ ਹੈ। ਸੋ ਆਪਾਂ ਗੁਰੂ ਕੇ ਸਿੱਖ, ਸਾਨੂੰ ਹਦਾਇਤ ਹੈ ਸੁਰਗ ਬਾਸ਼ ਨਾ ਬਾਛੀਏ, ਡਰੀਏ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਚੇ ਆਸ। ਉਸ ਜੋਗੀ ਨੇ ਲੋਕਾਂ 'ਚ ਪ੍ਰਾਪੇਗੰਡਾ ਕੀਤਾ ਅਤੇ ਵੱਗਾਂ ਦੇ ਵੱਗ ਚਲੇ ਗਿਆ। ਮੈਂ ਥਾਂ ਥਾਂ 'ਤੇ ਦਿਹਾੜੀ 'ਚ ਕਈ ਵਾਰ 2-2 3-3 ਥਾਵਾਂ 'ਤੇ ਕਥਾ ਕਰਦਾ। ਅਸੀਂ ਬਾਬੇ ਬਕਾਲੇ ਨੂੰ ਭੁੱਲ ਗਏ, ਲੇਕਿਨ ਵਿਆਸਾ ਡੁੱਬਣ ਦਾ ਚੇਤਾ ਨਹੀਂ ਛੱਡਦੇ, ਵਿਆਸਾ 'ਤੇ ਡੁੱਬਣ ਜਾਂਦੇ ਹਾਂ। ਬਾਬੇ ਬਕਾਲੇ ਕੋਲ ਵਿਆਸਾ ਹੈ, ਬਾਬਾ ਬਕਾਲਾ ਸਾਹਿਬ ਮੱਥਾ ਟੇਕਿਆ ਜਾਏ ਜਾਂ ਨਾ ਟੇਕਿਆ ਜਾਏ ਕਦੇ ਖਿਆਲ ਨਹੀਂ ਆਇਆ, ਪਰ ਵਿਆਸਾ ਡੁੱਬਣ ਜਾਂਦੇ ਹਾਂ। ਗੁਰਦੁਆਰੇ ਭਾਵੇਂ ਸੰਗਰਾਂਦ ਨੂੰ ਆਈਏ ਜਾਂ ਨਾ ਆਈਏ, ਪਰ ਐਤਵਾਰ ਜਿਹੜੇ ਵੱਡੇ ਵੱਡੇ ਖੁੱਡੇ ਬਣੇ ਉੱਥੇ ਝਾੜੂ ਮਾਰਦੇ ਆ, ਅਤੇ ਕਿਹੋ ਜਿਹਾ ਰੱਬ ਹੈ ਜਿਹੜਾ 6 ਦਿਨ ਦਰਵਾਜ਼ਾ ਹੀ ਨਹੀਂ ਖੋਲ੍ਹਦਾ, 8ਵੇਂ ਦਿਨ ਜਾਣਗੇ ਉੱਥੇ ਝਾੜੂ ਮਾਰਨ। ਗੁਰੂ ਕੇ ਸਿੱਖਾ ਤੈਨੂੰ ਹਦਾਇਤ ਹੈ ਗੁਰੂ ਪੰਚਮ ਪਾਤਸ਼ਾਹ ਦੀ, ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ, ਇਹ ਮੇਰੇ ਮਨਾਂ ਗੁਰੂ ਗੁਰੂ ਕਰਦੇ, ਗੁਰੂ ਤੋਂ ਬਿਨਾ ਹੋਰ ਹੈ ਹੀ ਨਹੀਂ। ਵੱਗਾਂ ਦੇ ਵੱਗ ਚਲੇ ਗਏ ਪਰ ਇਹ ਗੁਰੂ ਕਾ ਸਿੱਖ ਨਹੀਂ ਗਿਆ। ਉੱਥੇ ਲਿਖਿਆ ਸਾਖੀਕਾਰਾਂ ਨੇ
ਜਿਹੜੇ ਇਹ ਨਕਲੀ ਗੁਰੂ ਨੇ ਬੜੇ ਚੰਟ ਹੁੰਦੇ ਨੇ, ਕਦੇ ਤਜਰਬਾ ਕਰਨ ਮੇਰੇ ਕਹਿਣ ਤੇ, ਜਿਹੜੇ ਮੱਥਾ ਟਿਕਾਉਣ ਬਾਬੇ ਗਿਝੇ ਨੇ ਨਾ, ਦਸ ਬੰਦੇ ਜਾਇਆ ਜੇ ਤੇ ਰਹਿ ਕਰਕੇ ਇੱਕ ਬੰਦਾ ਮੱਥਾ ਨਾ ਟੇਕ ਕੇ ਤੇ ਬਾਬੇ ਦੀ ਨਿਗਾਹ ਰਵੇ ਕਿ ਪੁੱਛੇਗਾ ਉਹ ਕੌਣ ਹੈ। ਜਿਨ੍ਹਾਂ ਨੌਵਾਂ ਨੇ ਮੱਥਾ ਟੇਕਿਆ ਉਹ ਤਾਂ ਭਾਵੇਂ ਖਿਆਲ ਰਹਿਣ, ਪਰ ਜਿਹਨੇ ਨਹੀਂ ਨਾ ਟੇਕਿਆ ਤੇ ਖਲੋਣਗੇ ਉਹ ਜਿਵੇਂ ਵਲੈਤੀ ਗਾਂ ਚੁਈਦੀ, ਇਸ ਤਰ੍ਹਾਂ ਖਲੋ ਕੇ ਮੱਥਾ ਟਿਕਾਉਣਗੇ, ਇਸ ਤਰ੍ਹਾਂ ਖਲੋ ਕੇ। ਇਹ ਗੁਰੂ ਕੇ ਸਿੱਖ ਨਹੀਂ, ਗੁਰੂ ਕੇ ਸਿੱਖਾ, ਇਹ ਸਿਰ ਗੁਰੂ ਦੀ ਮਾਨਤਾ ਹੈ, ਕੇਵਲ ਤੇ ਕੇਵਲ ਗੁਰੂ ਅੱਗੇ ਝੁਕੇ। ਥਾਂ ਥਾਂ ਤੇ ਇਹ ਅਮਾਨਤ ਨਹੀਂ ਰੱਖੀ ਦੀ। ਹਮੇਸ਼ਾ ਜੋਗੀ ਚੱਲ ਕੇ ਗਿਆ ਤੇ ਗੁਰੂ ਕੇ ਸਿੱਖ ਨੇ ਦਰਵਾਜ਼ਾ ਬੰਦ ਕਰ ਲਿਆ। ਭਾਈ ਗੁਰਦਾਸ ਲਿਖਦੇ ਨੇ, ਕਹਿੰਦੇ ਨੇ, ਚਾਰ ਪਦਾਰਥ ਆਖੀਅਨ ਸਤਿਗੁਰ ਦੇ ਨਾ ਗੁਰਸਿੱਖ ਮੰਗੇ। ਅਸੀਂ ਚਾਰ ਪਦਾਰਥਾਂ ਦਾ ਜ਼ਿਕਰ ਪੜ੍ਹਦੇ ਹਾਂ, ਧਰਮ ਅਰਥ ਕਾਮ ਮੋਖ, ਗਿਆਨ ਪਦਾਰਥ, ਮੁਕਤ ਪਦਾਰਥ, ਪ੍ਰੇਮ ਪਿਆਰ ਪਦਾਰਥ ਇਤਿਆਦਿਕ। ਭਾਈ ਜੀ ਕਹਿੰਦੇ ਵੀ ਚਾਰ ਪਦਾਰਥਾਂ ਦੀ ਗੱਲ ਕਹੀ ਜਾਂਦੀ ਹੈ, ਪਰ ਗੁਰੂ ਕਾ ਸਿੱਖ ਕੇਵਲ ਤੇ ਕੇਵਲ ਗੁਰੂ ਨੂੰ ਗੁਰੂ ਕੋਲ ਮੰਗਦਾ ਹੈ। ਦਰਵਾਜ਼ਾ ਬੰਦ ਕਰ ਲਿਆ। ਆਖਰਕਾਰ ਨਕਲੀ ਗੁਰੂ ਨੇ ਅਸਲੀ ਸਿੱਖ ਨੂੰ ਬੇਨਤੀ ਕੀਤੀ, ਭਰਾਵਾ ਤੇਰੇ ਗੁਰੂ ਦਾ ਆਸਰਾ, ਮੈਂ ਉਹਦਾ ਵਾਸਤਾ ਪਾ ਕੇ ਤੈਨੂੰ ਬੇਨਤੀ ਕਰਦਾ, ਦਰਵਾਜ਼ਾ ਖੋਲ੍ਹ ਦੇ। ਤੇ ਅੰਦਰੋਂ ਸਿੱਖ ਨੇ ਆਵਾਜ਼ ਦਿੱਤੀ, ਕਹਿਣ ਲੱਗਾ, ਮੈਂ ਦਰਵਾਜ਼ਾ ਤਾਂ ਖੋਲ੍ਹਾਂਗਾ, ਪਰ ਮੇਰੀ ਸ਼ਰਤ ਹੈ, ਮੈਨੂੰ ਤੇਰੇ ਸੁਰਗ ਦੀ ਲੋੜ ਨਹੀਂ, ਮੈਨੂੰ ਕੇਵਲ ਤੇ ਕੇਵਲ ਗੁਰੂ ਦੀ ਲੋੜ ਹੈ। ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਲੇ। ਉਹ ਜਿਹੜੇ ਗੁਰੂ ਕੇ ਸਿੱਖ ਨੇ ਨਾ, ਉਹਨਾਂ ਦਾ ਕੇਵਲ ਤੇ ਕੇਵਲ ਇੱਕ ਤੇ ਅਕੀਦਾ ਹੈ, ਜਿਨ੍ਹਾਂ ਦਾ ਅਕੀਦਾ ਪਈ ਉਹਨਾਂ ਨੇ ਕਮਾਈ ਕਰ ਲਈ ਰਹਾਉ। ਸੋ ਰਹਾਉ ਦਾ ਗੁਰਮੁਖੋ ਬੇਅੰਤ ਅਰਥ ਕੀਤੇ ਨੇ ਵਿਦਵਾਨ ਵੀਰਾਂ ਨੇ। ਆਮ ਕਰਕੇ ਕਥਾ ਵਾਚ ਅਸੀਂ ਜਦੋਂ ਕਥਾ ਕਰਦੇ ਤਾਂ ਆਪਾਂ ਕਹਿੰਦੇ ਬਸਰਾਮ ਦੇ ਕਹਿੰਦੇ ਹਨ, ਆਮ ਟ੍ਰੈਂਡ ਇਹ ਹੈ। ਪਰ ਦੋ ਅਰਥ ਮੈਂ ਹੋਰ ਵਿਦਵਾਨਾਂ ਦੇ ਬੜੇ ਬੜੇ ਮਨ ਨੂੰ ਚੰਗੇ ਲੱਗੇ। ਇੱਕ ਵਿਦਵਾਨ ਨੇ ਅਰਥ ਕੀਤਾ ਰਹਾਉ ਤੋਂ ਭਾਵ ਖਲੋਣਾ। ਇਹ ਰਹਾਉ ਕਹਿੰਦੀ ਵੀ ਗੁਰਮੁਖਾ, ਜ਼ਿੰਦਗੀ ਪ੍ਰਜੰਤ ਦੌੜ ਨਾ ਲਾਈ, ਚੱਲ ਕਿਤੇ ਖਲੋ ਵੀ ਜਾ। ਇੱਕ ਅਰਥ ਕਿਸੇ ਨੇ ਕੀਤੇ। ਇੱਕ ਇਹ ਹੈ ਵੀ ਜਿਹੜੀ ਰਹਾਉ ਤੋਂ ਪਹਿਲੀ ਪੰਕਤੀ ਹੈ ਨਾ, ਇਹਦੇ ਨਾਲ ਅਸੀਂ ਆਪਣੇ ਜੀਵਨ ਨੂੰ ਕੰਪੇਅਰ ਕਰੀਏ, ਤੋਲੀਏ ਵੀ ਸਾਡਾ ਜੀਵਨ ਇਹੋ ਜਿਹਾ ਬਣਿਆ ਕਿ ਨਹੀਂ ਬਣਿਆ। ਅਗਰ ਬਣ ਗਿਆ ਧੰਨਵਾਦ ਕਰੀਏ, ਨਹੀਂ ਬਣਿਆ ਤੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ, ਪਾਤਸ਼ਾਹ ਮੇਰੇ 'ਤੇ ਵੀ ਕਿਰਪਾ ਕਰ। ਸੋ ਇਸ ਪ੍ਰਕਾਰ ਇਹ ਰਹਾਉ ਸਾਨੂੰ ਸੰਕੇਤ ਦਿੰਦੀ ਹੈ, ਅੰਮ੍ਰਿਤ ਨਾਮ ਨਿਰਮੋਲਕ ਹੀਰਾ। ਜਿਹੜਾ ਭਾਈ ਪਰਮਾਤਮਾ ਦਾ ਨਾਮ, ਇਹ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਹੈ। ਤੇ ਜੇ ਕੋਈ ਦੀ ਕੀਮਤ ਪਾਉਣਾ ਚਾਹੇ ਤੇ ਕੀਮਤ ਨਹੀਂ ਪਾਈ ਜਾ ਸਕਦੀ। ਆਪਾਂ ਪਹਿਲੇ ਪਾਤਸ਼ਾਹ ਦਾ 550 ਸਾਲਾ ਦਿਹਾੜਾ ਮਨਾ ਰਹੇ ਹਾਂ ਤੇ ਉਹਨਾਂ ਦੇ ਇਤਿਹਾਸ ਵਿੱਚ ਇੱਕ ਸਾਖੀ ਆਉਂਦੀ ਹੈ ਪਟਨਾ ਸਾਹਿਬ ਦੀ, ਬਿਲਕੁਲ ਇਹਦੀ ਵਿਆਖਿਆ ਹੋ। ਭਾਈ ਸਾਹਿਬ, ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਪਾਤਸ਼ਾਹ ਨਗਰ ਆਇਆ ਹੈ ਤੇ ਕੋਈ ਸ਼ਗਨ ਛਕਾਉਣ ਦਾ ਪ੍ਰਬੰਧ ਹੋ ਜਾਵੇ, ਕੋਈ ਮੈਨੂੰ ਦਿਓ। ਉੱਥੇ ਉਹ ਸਾਹੀਕਾਰਾਂ ਨੇ, ਗੁਰੂ ਨਾਨਕ ਪ੍ਰਕਾਸ਼ ਜੀ ਨੇ ਇਸੇ ਤਰ੍ਹਾਂ ਭਾਈ ਬਾਲੇ ਵਾਲੀ ਜਨਮ ਸਾਖੀ 'ਚ ਬੜੀ ਵਿਸਤਾਰ ਸਹਿਤ ਲਿਖੀ ਹੈ। ਭਾਈ ਮਰਦਾਨਾ ਜੀ ਨੂੰ ਲਾਲ ਦਿੱਤਾ ਤੇ ਕਹਿਣ ਲੱਗੇ, ਗੁਰਮੁਖਾ ਆ ਵਸਤੂ ਲੈ ਜਾ ਤੇ ਜੋ ਛਕਣਾ ਛਕ ਲਈ। ਆਪਾਂ ਕਾਹਲੇ ਬੜੇ ਪੈਂਦੇ ਆ, ਧਰਮ ਦੀ ਦੁਨੀਆਂ ਵਿੱਚ ਸਹਿਜ ਹੈ,
ਆਪਣੇ ਅੰਦਰ ਸਹਿਜ ਨਹੀਂ। ਮੈਂ ਤੁਹਾਨੂੰ ਬੇਨਤੀ ਕਰਾਂ ਵੀ ਕਿਤੇ ਤੁਸੀਂ ਆਗਰੇ ਜਾਓ ਤੇ ਉੱਥੇ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਮਾਈ ਥਾਨ। ਮੈਨੂੰ ਕੁਦਰਤ ਨੇ ਮੌਕਾ ਦਿੱਤਾ, ਮੈਂ 2-4 ਵਾਰ ਉੱਥੇ ਨਮਸਕਾਰ ਕੀਤੀ ਹੈ ਤੇ ਉੱਥੇ ਇਤਿਹਾਸ ਪੜ੍ਹਿਆ ਵੀ ਪਹਿਲੇ ਪਾਤਸ਼ਾਹ ਮਾਧ ਦੇ ਸਮੇਂ ਇੱਕ ਬੀਬੀ ਜੱਸੀ, ਉਹਦੀ ਸ਼ਾਦੀ ਹੋਈ, ਕੁਝ ਸਮੇਂ ਤੋਂ ਬਾਅਦ ਉਹ ਬੀਬੀ ਵਿਧਵਾ ਹੋ ਗਈ, ਸਰਦਾਰ ਸਾਈਂ ਚਲਾ ਗਿਆ। ਮਨ ਵਿੱਚ ਵਿਰਾਗ ਹੋਇਆ, ਉਹ ਕਹਿਣ ਲੱਗੀ ਵੀ ਮੈਂ ਇਸ ਪਾਸੇ ਪੈਣਾ ਨਹੀਂ, ਮੈਂ ਪਰਮਾਤਮਾ ਦੀ ਬੰਦਗੀ ਕਰਕੇ ਜੀਵਨ ਨੂੰ ਸਫਲਾ ਕਰਨਾ। ਸਤਿਗੁਰੂ ਪਾਤਸ਼ਾਹ ਨੇ ਉਸ ਬੀਬੀ ਦੇ ਪ੍ਰਥਾਏ 2 ਸ਼ਬਦ ਉਚਾਰਨਾ ਕੀਤੇ ਨੇ, ਸੁਣ ਵੱਡਾ ਆਖੇ ਸਭ ਕੋਈ, ਕੇਵਲ ਵੱਡਾ ਡੀਠਾ ਹੋਏ, ਇੱਕ ਇਹ ਤੇ ਦੂਜਾ ਸ਼ਬਦ ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਲਾਓ। ਇਹ 2 ਸ਼ਬਦ ਪਾਤਸ਼ਾਹ ਨੇ ਉਸ ਗੁਰਦੁਆਰੇ ਸਾਹਿਬ ਵਾਲੀ ਜਗ੍ਹਾ ਤੇ ਬੀਬੀ ਜੱਸੀ ਨੂੰ ਮੁਖਾਤਬ ਕਰਕੇ ਉਚਾਰਨ ਕੀਤੇ ਤੇ ਬੀਬੀ ਕਹਿਣ ਲੱਗੀ, ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਮੈਂ ਤੁਹਾਨੂੰ ਕੱਪੜਾ ਭੇਟ ਕਰਨਾ। ਕਹਿੰਦੇ, ਧੀਏ ਕਾਹਦੇ ਲਈ? ਮਹਾਰਾਜ, ਮੇਰੇ ਮਨ ਦੀ ਭਾਵਨਾ ਵੀ ਮੈਂ ਤੁਹਾਨੂੰ ਬਸਤਰ ਦਿਆਂ, ਤੁਸੀਂ ਮੇਰਾ ਲੋਕ ਪਲੋਗ ਲਈ ਪਰਦਾ ਢੱਕ ਦਿਓ। ਤੇ ਮਹਾਰਾਜ ਕਹਿਣ ਲੱਗੇ, ਧੀਏ ਰਾਣੀਏ, ਕਾਹਲੀ ਨਾ ਪਾਓ, ਅਸੀਂ ਨਾਵੇਂ ਜਾਮੇ ਜਾਣ ਕੇ ਲਵਾਂਗੇ ਤੇ ਸਾਡੇ ਵਰਗਾ ਹੁੰਦਾ ਤਾਂ ਅਸੀਂ ਕਹਿਣਾ ਸੀ ਗੁਰੂ ਟਾਲ ਗਿਆ, ਉਹਨੂੰ ਸਾਡਾ ਕੱਪੜਾ ਹੀ ਪਸੰਦ ਨਹੀਂ। ਔਰ ਨਾਵੇਂ ਪਾਤਸ਼ਾਹ ਨੇ ਉਸ ਬੀਬੀ ਦਾ ਕੱਪੜਾ ਪ੍ਰਵਾਨ ਕੀਤਾ ਤੇ ਗੁਰਦੁਆਰਾ ਬਣਿਆ ਮਾਈ ਥਾਨ। ਕਹਿਣ ਤੋਂ ਭਾਵ ਸਬਰ, ਉਡੀਕ, ਇੰਤਜ਼ਾਰ, ਪਰ ਆਪਾਂ ਕਰਦੇ ਨਹੀਂ। ਭਾਈ ਸਾਹਿਬ, ਭਾਈ ਮਰਦਾਨਾ ਜੀ ਨੇ ਲਾਲ ਲਿਆ, ਕਿਸੇ ਸਬਜ਼ੀ ਵਾਲੇ ਨੂੰ ਪੁੱਛਿਆ, ਉਹਨੇ 2-3 ਮੂਲੀਆਂ ਮੁੱਲ ਪਾਇਆ, ਕੱਪੜੇ ਵਾਲੇ ਨੇ 2.5 ਗਜ ਕੱਪੜਾ ਮੁੱਲ ਪਾਇਆ, ਕਿਸੇ ਸਿਆਣੇ ਬੰਦੇ ਨੇ ਵੇਖ ਲਿਆ ਤੇ ਕਹਿਣ ਲੱਗਾ, ਬਾਬਾ ਜੀ, ਜਿਹੜੀ ਤੁਹਾਡੇ ਕੋਲ ਚੀਜ਼ ਇੱਥੇ ਕਚੌਰੀ ਰਹਿੰਦਾ, ਉਹਨੂੰ ਪੁੱਛੋ ਜਾ ਕੇ, ਉਹਨੂੰ ਇਹਨਾਂ ਚਮਾਂ ਕੰਮਾਂ ਦਾ ਭੇਦ ਹੈ। ਜਿੱਥੇ ਤਖ਼ਤ ਸਾਹਿਬ ਹੈ ਨਾ, ਇਹ ਉਹ ਜ਼ਮਾਨੇ ਸਾਲ ਸਰਹਿ ਜੌਹਰੀ ਦਾ ਘਰ ਸੀ। ਕੁੰਡਾ ਖੜਕਾਇਆ, ਮੁਲਾਕਾਤ ਹੋਈ, ਭਾਈ ਸਾਹਿਬ ਨੇ ਉਹ ਲਾਲ ਵਿਖਾਇਆ ਤੇ ਜੌਹਰੀ ਕਹਿਣ ਲੱਗਾ, ਬਾਬਾ ਜੀ, ਬੇਨਤੀ ਹੋ ਵੀ ਤੁਸੀਂ ਪਹਿਲਾਂ ਆਪਣੇ ਮਾਲਕ ਨੂੰ ਪੁੱਛ ਗਿਆ ਵੀ ਤੁਸੀਂ ਵੇਚਣਾ ਕਿ ਨਹੀਂ ਵੇਚਣਾ, ਪਤਾ ਨਹੀਂ ਮੇਰੇ ਕੋਲ ਕੀਮਤ ਹੋਵੇ ਕਿ ਨਾ ਹੋਵੇ, ਪਰ ਇੱਕ ਬੇਨਤੀ ਜ਼ਰੂਰ ਹੈ, 100 ਰੁਪਇਆ ਇਹਦੀ ਦਰਸ਼ਨੀ ਭੇਟਾ ਤੇ ਉਹ ਮੈਂ ਭੁੱਲ ਨਾ ਜਾਵਾਂ, ਪਹਿਲਾਂ ਪ੍ਰਵਾਨ ਕਰ ਲਓ। ਮਰਦਾਨਾ ਜੀ ਵਿਚਾਰਾਂ 'ਚ ਪੈ ਗਏ ਵੀ ਉਹ ਮੂਲੀਆਂ ਮੁੱਲ ਪਾਉਂਦੇ ਸਨ, 3-3 ਸਾਰਾ ਮੁੱਲ, ਇਹ ਵੇਖਣ ਦਾ 100 ਰੁਪਇਆ ਦਿੰਦਾ। ਭਾਈ ਮਰਦਾਨਾ ਜੀ ਲੈ ਗਏ 100 ਰੁਪਇਆ ਤੇ ਕਹਿਣ ਲੱਗੇ, ਪਾਤਸ਼ਾਹ ਤਾਂ ਚੀਜ਼ ਬੜੀ ਵਧੀਆ ਹੈ। ਹਜ਼ੂਰ ਕਹਿੰਦੇ, ਆਪਾਂ ਚੀਜ਼ ਨਹੀਂ ਵੇਚੀ ਤੇ ਪੈਸੇ ਕਾਹਦੇ? ਉੱਥੇ ਜਨਮ ਸਾਖੀ ਦੇ ਕਰਤੇ ਨੇ ਲਿਖਿਆ ਵੀ ਭਾਈ ਸਾਹਿਬ ਨੇ 7 ਗੇੜੇ ਮਾਰੇ, 7ਵੇਂ ਗੇੜੇ ਵਿੱਚੋਂ 100 ਰੁਪਇਆ ਸਾਲ ਸਰਾਏ ਦੇ ਘਰ ਸੁੱਟ ਆਇਆ। ਉਹ ਜੌਹਰੀ ਮੁਤਾਸਰ ਹੋਇਆ ਤੇ ਆਪਣੇ ਅਧਰਕੇ ਗੁਲਾਮ ਨੂੰ ਨਾਲ ਲੈ ਕੇ ਗੁਰੂ ਕੇ ਚਰਨਾਂ 'ਚ ਆਇਆ। ਹਜ਼ੂਰ ਕਹਿਣ ਲੱਗੇ, ਮਰਦਾਨੇ, ਕੁਛ ਸਮਝਿਆ? ਪਾਤਸ਼ਾਹ, ਸਮਝ ਵਾਸਤੇ ਤੇਰੇ ਚਰਨ ਪਗੜੇ, ਸਮਝਾਉਣਾ ਤਾਂ ਤੁਸਾਂ ਹੀ ਹੈ ਨਾ। ਹਜ਼ੂਰ ਕਹਿੰਦੇ, ਮਰਦਾਨਿਆ, ਵਸਤੂ ਇੱਕ ਪਰ ਕੀਮਤਾਂ ਵੱਖ ਵੱਖ ਹਨ। ਮਹਾਰਾਜ ਸਮਝਿਆ ਨਹੀਂ, ਕਿਰਪਾ ਕਰੋ, ਖੁਲਾਸਾ ਕਰੋ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਮਰਦਾਨਾ ਜੀ, ਵਾਹਿਗੁਰੂ ਦਾ ਨਾਮ ਬਕੀਮਤੀ ਲਾਲ ਹੈ, ਪਰ ਆਪਾਂ ਮੂਲੀਆਂ ਦੇ ਕੱਪੜੇ ਵਾਕੂ ਵੇਚੀ ਜਾਂਦੇ ਹਾਂ। ਜਿਵੇਂ ਆਪਾਂ ਕਹਿੰਦੇ ਵੀ ਇੰਨੇ ਪਾਠ ਕਰ ਲਏ ਤੇ ਆਹ ਮਿਲ ਜਾਏ, ਇੰਨੇ ਪਾਠ ਕਰ ਲਏ ਤੇ ਆਹ ਮਿਲ ਜਾਏ। ਗੁਰਸਿੱਖੋ, ਮੈਨੂੰ ਕਿਸੇ ਦਾ ਪਤਾ ਨਹੀਂ, ਪਰ ਮੇਰੀ ਅੰਦਰ ਦੀ ਭਾਵਨਾ ਵੇਦਨਾ ਇਹ ਹੈ, ਲੇਖੇ ਕਦੇ ਨਾ ਛੁੱਟੀਏ,
ਖਿਣ ਖਿਣ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰੇ ਪਾਰ ਉਤਾਰ। ਆਪਾਂ ਪਾਠਾਂ ਦੀ ਗਿਣਤੀ ਤਾਂ ਕੀਤੀ ਪਰ ਜਿੰਨਿਆਂ ਦੀ ਨਿੰਦਿਆ ਕਰਦੇ ਹੋ ਉਹ ਗਿਣਤੀ ਕੌਣ ਕਰੇਗਾ? ਗਿਣਤੀ ਨਾਲ ਆਪਣਾ ਬੇੜਾ ਬੰਨੇ ਨਹੀਂ ਜਿਉਣਾ। ਆਪਾਂ ਤਾਂ ਇੱਕੋ ਇੱਕ ਬੇਨਤੀ ਕਰਨੀ ਵੀ ਪਾਤਸ਼ਾਹ ਜਿਉਂ ਜਾਣੋ ਤੇ ਰਾਗ ਹਰ ਪ੍ਰਭ ਤੇਰਿਆ ਕੇਤੇ ਗਨੋ ਅਸੰਖ ਅਵਗੁਣ ਬੇਰਿਆ, ਜਿਵੇਂ ਵੀ ਹੁੰਦਾ ਕਿਰਪਾ ਕਰ। ਸੋ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਪੜ੍ਹ ਪਰਮਾਤਮਾ ਦਾ ਨਾਮ ਹੈ ਨਾ ਇਹ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਹੈ ਤੇ ਮੰਮੇ ਦੇ ਥੱਲੇ ਔਂਕੜ ਹੈ। ਗੁਰਬਾਣੀ ਚ ਕਈ ਸਾਡੇ ਚ ਇੱਕ ਭਾਈਚਾਰਾ ਮੈਂ ਉਹਦਾ ਨਾਮ ਰੱਖਿਆ ਡੁੱਲੀ ਪੰਥ। ਇੱਕ ਤਾਂ ਹੁੰਦਾ ਨਾ ਪੰਥ ਕਿਤੇ ਵੀ ਸੰਪਰਦਾਵਾਂ ਨਿਰਮਲਿਆਂ ਕੋਲੋਂ ਵਿਦਿਆ ਪੜ੍ਹੀ, ਕਿਸੇ ਨੇ ਦਾਸੀਆਂ ਕੋਲੋਂ ਪੜ੍ਹੀ, ਕੋਈ ਨਿੰਗਾ ਸਿੰਘਾਂ ਦੇ ਡੇਰੇ ਚੋਂ ਪੜ੍ਹ ਕੇ ਆਇਆ, ਜਿਹੜਾ ਆਪਣੇ ਆਪ ਬਣਿਆ ਮੈਂ ਉਹਦਾ ਨਾਮ ਰੱਖਿਆ ਡੁੱਲੀ ਪੰਥ। ਉਹਨਾਂ ਨੂੰ ਔਂਕੜ ਨਾਲ ਬੜੀ ਅਰਜੀ ਹੈ ਤੇ ਬਿੰਦੀਆਂ ਦਾ ਝੋਲਾ ਭਰ ਕੇ ਲਿਆਉਣਗੇ, ਸਾਰੀਆਂ ਦੀਆਂ ਸਾਰੀਆਂ ਲਾ ਦੇਣੀਆਂ। ਔਂਕੜ ਵਾਧੂ ਨਹੀਂ, ਔਂਕੜ ਦਾ ਬੜਾ ਡੂੰਘਾ ਭੇਦ ਹੈ। ਮੰਮੇ ਦੇ ਥੱਲੇ ਔਂਕੜ ਦਾ ਭਾਵ ਹੈ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਦਾ ਨਾਮ ਹੀ ਬਕੀਮਤੀ ਰਾ। ਅਗਰ ਔਂਕੜ ਨਾ ਹੋਵੇ ਤੇ ਸੈਂਸ ਨਹੀਂ ਬਣਦੀ। ਆਪਾਂ ਇੰਨੇ ਢਿੱਲੇ ਹਾਂ, ਤੁਸੀਂ ਮੇਰੀ ਗੱਲ ਨੂੰ ਕਿਤੇ ਨੋਟ ਚੇਤੇ ਰੱਖਣਾ। ਹਜ਼ਾਰਾਂ ਗੁਰਦੁਆਰੇ ਸਾਹਿਬ ਨੇ ਆਪਾਂ ਸਤਨਾਮ ਲਿਖਿਆ ਗੁਰਦੁਆਰਿਆਂ ਦੇ ਉੱਤੇ, ਬੜੀ ਚੰਗੀ ਗੱਲ ਹੈ, ਵਾਹਿਗੁਰੂ ਵੀ ਲਿਖਿਆ, ਲੇਕਿਨ ਮੰਮੇ ਥੱਲੇ ਔਂਕੜ ਨਹੀਂ ਹੋਏਗਾ। ਬਹੁਤ ਰੇਅਰ ਹੋਣਗੇ ਕਿਤੇ ਕਦੇ ਥਾਂ ਤੇ। ਤੇ ਜੇ ਔਂਕੜ ਨਹੀਂ ਨਾ, ਉਹਦਾ ਅਰਥ ਇਹ ਨਹੀਂ ਜੇ ਬਣਨਾ ਵੀ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਸੱਤ ਹੈ। ਔਂਕੜ ਲੱਗੇਗਾ ਤੇ ਇਹਦਾ ਅਰਥ ਹੈ ਵੀ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਸੱਤ, ਬਾਕੀ ਸਾਰਾ ਕੁਝ ਝੂਠ ਹੈ, ਦ੍ਰਿਸ਼ਟਮਾਨ ਹੈ ਸਗਲ ਬਥੈਨਾ। ਮੇਰੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਪਰਮਾਤਮਾ ਦਾ ਇੱਕ ਨਾਮ ਹੈ ਨਾ, ਮ੍ਰਿਤੂ ਤੋਂ ਰਹਿਤ ਕਰਨ ਵਾਲਾ ਹੈ, ਬੇਕੀਮਤ ਹੈ ਔਰ ਹੀਰਾ ਹੈ, ਅਪਰੰਤ ਕਿਰਪਾ ਕਰਦੇ ਹਨ ਗੁਰਦੀਨੋ। ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਾਨੀ। ਇਹ ਸਾਨੂੰ ਸਤਿਗੁਰੂ ਪਾਤਸ਼ਾਹ ਨੇ ਇੱਕ ਮੰਤਰ ਦਿੱਤਾ ਹੈ, ਪਰ ਸਾਡਾ ਉਸ ਮੰਤਰ ਤੇ ਵਿਸ਼ਵਾਸ ਘੱਟ ਤੇ ਮਨੁੱਖਾਂ ਦੇ ਕੋਲੋਂ ਕੰਨਾਂ ਚ ਫੂਕਾਂ ਮਰਾਉਣ ਤੇ ਵਿਸ਼ਵਾਸ ਜ਼ਿਆਦਾ। ਤੇ ਨਾਲ ਉਹ ਬਾਬੇ ਕਹਿੰਦੇ ਵੀ ਜੇ ਸਾਡਾ ਮੰਤਰ ਦੱਸ ਦਿੱਤਾ ਤੇ ਤੈਨੂੰ ਕੋੜ ਹੋ ਜਾਏਗਾ, ਤੇ ਪੁੱਛੇ ਵੀ ਤੈਨੂੰ ਨਹੀਂ ਹੋਇਆ ਹੁਣ ਤੱਕ? ਵੇਖੋ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਬਕੀਮਤੀ ਨਾਮ ਬਖਸ਼ਿਆ ਵਾਹਿਗੁਰੂ। ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਚ ਆਪਾਂ ਪੜ੍ਹਦੇ ਹਾਂ, ਕਬੀਰ ਸੁਪਨੇ ਹੂ ਬਰੜਾਏ ਕੇ ਜੇ ਮੁਖ ਨਿਕਸੇ ਰਾਮ, ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏ ਗੁਰੂ ਰਾਮ। ਤੇ ਆਪਾਂ ਸੁਤੇ ਪਿਆ, ਪਾਸਾ ਬਦਲਿਆ ਤੇ ਆਪਣੇ ਮੂੰਹ ਵਾਹਿਗੁਰੂ ਨਿਕਲ ਗਿਆ ਨਾ, ਤੇ ਮੇਰੇ ਪਾਤਸ਼ਾਹ ਕਹਿੰਦੇ ਮਨੁੱਖ ਨੇ ਤਾਂ ਪਵਿੱਤਰ ਹੋਣਾ ਹੀ ਹੋਣਾ, ਨਗਰ ਵੀ ਪਵਿੱਤਰ ਹੋ ਗਿਆ, ਇਹੋ ਜਿਹਾ ਪਵਿੱਤਰ ਨਾਮ ਹੈ। ਪਰ ਆਪਾਂ ਨੂੰ ਸ਼ੰਕਾ ਇਤਿਹਾਸ ਵਿੱਚ ਮੈਂ ਹੁਣੇ ਜ਼ਿਕਰ ਕੀਤਾ ਭਾਈ ਸਾਹਿਬ ਭਾਈ ਮਰਦਾਨਾ ਜੀ ਦਾ, ਸਤਿਗੁਰੂ ਪਾਤਸ਼ਾਹ ਸਮੁੰਦਰ ਲੰਘਣ ਲੱਗੇ ਤੇ ਯਾਦ ਰੱਖਣਾ ਗੁਰੂ ਸਾਡੀ ਪਰਖ ਕਰਦਾ ਤੇ ਗੁਰਦੇਵ ਨੂੰ ਬੇਨਤੀ ਕਰਿਆ ਕਰੀਏ ਵੀ ਪਾਤਸ਼ਾਹ ਅਸੀਂ ਪਰਖ ਵਿੱਚ ਪਾਸ ਹੋਣ ਵਾਲੇ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ ਮਰਦਾਨੇ ਆਪਾਂ ਦੂਜੇ ਬੰਨੇ ਚੱਲਣਾ, ਕਿਵੇਂ ਚੱਲਾਂਗੇ? ਨਾਲ ਪੱਕਾ ਸਾਥੀ ਸੀ। ਮਹਾਰਾਜ ਕਹਿਣ ਲੱਗੇ ਵੀ ਤੂੰ ਵਾਹਿਗੁਰੂ ਵਾਹਿਗੁਰੂ ਕਹਿ, ਤੇ ਸਤਿਗੁਰੂ ਪਾਤਸ਼ਾਹ ਸੌਂਗ ਸੌਂਗ ਕਰਨ ਲੱਗ ਪਏ। ਯਾਦ ਰੱਖਣਾ ਸ਼ੰਕਾ ਤੇ ਸ਼ਰਧਾ ਦੋਵੇਂ ਅਪੋਜਿਟ ਹਨ। ਸ਼ਰਧਾ ਬੁਨਿਆਦ ਹੈ ਧਰਮ ਦੀ ਤੇ ਸ਼ੰਕਾ ਮੌਤ ਹੈ। ਜਿਵੇਂ ਆਪਾਂ ਕਹਿੰਦੇ ਵੀ ਬੇੜੀ 'ਚ ਵੱਟੇ ਪੈ ਜਾਣਗੇ ਛੇਕ ਹੋ ਜਾਏਗਾ। ਉੱਥੇ ਲਿਖਿਆ ਕਿ ਜਦੋਂ ਗੁਰਦੇਵ ਸੌਂਗ ਸੌਂਗ ਕਰਦੇ ਨੇ ਤੇ ਮਰਦਾਨਾ ਕਹਿਣ ਲੱਗਾ ਵੇਖ ਲੈ ਹੈਰਾ ਫੇਰੀਆਂ ਸਾਡੇ ਨਾਲ ਹੀ, ਵੀ ਆਹ ਮੰਤਰ ਲੈ ਲਿਆ ਸੌਂਗ ਤੇ ਸਾਨੂੰ ਕਹਿੰਦਾ ਵਾਹਿਗੁਰੂ। ਮਰਦਾਨੇ ਨੇ ਸੌਂਗ ਸੌਂਗ ਜਪਣਾ ਕੀਤਾ ਤੇ ਉਸ ਜਨਮ ਸਾਖੀ ਦਾ ਕਰਤਾ ਲਿਖਦਾ ਲੱਗਾ ਗੋਤੇ ਖਾਣ। ਭਾਈ ਬਾਲਾ ਕਹਿੰਦਾ ਜੀ ਸੇਵਾ ਵਾਲਾ
ਹੁਣ ਕਹਿੰਦੇ ਚੱਕਰ ਕੀ ਕਹਿਣ ਲੱਗਾ, ਬਾਬਾ ਤੇਰੀ ਰੀਸ ਕੀਤੀ ਹੈ, ਮੇਰੇ ਪਾਤਸ਼ਾਹ ਕਹਿਣ ਲੱਗੇ ਵਾਹਿਗੁਰੂ ਕਹੋ। ਮਰਦਾਨਾ ਜੀ ਫੇਰ ਆ ਗਏ, ਫਿਰ ਉੱਪਰ ਆ ਗਏ। ਕਹਿਣ ਤੋਂ ਭਾਵ ਕਿ ਆਪਾਂ ਗੁਰੂ ਕੇ ਮੰਤਰ ਤੇ ਸ਼ੰਕਾ ਨਾ ਕਰੀਏ, ਅਗਰ ਵਿਸ਼ਵਾਸ ਹੁੰਦਾ ਸਾਨੂੰ ਵਾਹਿਗੁਰੂ ਮੰਤਰ ਤੇ, ਆਪਾਂ ਵਿਅਕਤੀਆਂ ਦੇ ਕੋਲੋਂ ਕੰਨਾਂ ਚ ਫੋਕਾਂ ਮਰਵਾਉਣ ਨਾ ਜਾਂਦੇ। ਸਾਡੇ ਤੇ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਉਹ ਵਾਹਿਗੁਰੂ ਨਾਮ ਜਿਹੜਾ ਬਕੀਮਤਾ ਹੈ, ਜਿਹੜਾ ਮ੍ਰਿਤੂ ਤੋਂ ਰਹਿਤ ਹੈ, ਤੇ ਰਾਰੇ ਨੂੰ ਸਿਆਰੀ ਇੱਥੇ। ਇਹ ਹੈ ਵਰਬ ਕਿਰਿਆ। ਜੇ ਤੂੰ ਆਖੇ ਨਾ ਵੀ ਕਿਸੇ ਇੱਕ ਅੱਧੇ ਵਿਅਕਤੀ ਕੋਲ ਲੈ ਲੈ, ਤੇ ਨਾ, ਇਹ ਕੇਵਲ ਤੇ ਕੇਵਲ ਗੁਰੂ ਦਾ ਹੱਕ ਹੈ, ਗੁਰੂ ਕੋਲੋਂ ਤੈਨੂੰ ਇਹ ਮੰਤਰ ਮਿਲੇਗਾ। ਲੈਣਾ ਕਰ ਡਿਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ। ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਇਹ ਦਾਤ ਮਿਲ ਗਈ, ਉਹ ਮੁੜ ਕੇ ਡਿੱਗਦੇ ਨੇ। ਜਿਹਨੂੰ ਆਪਾਂ ਕਹਿੰਦੇ ਵੀ ਫਲਾਨਾ ਸਟੈਂਡ ਤੇ ਬੜਾ ਕਾਇਮ ਹੈ, ਉਹਨਾਂ ਦਾ ਮਨ ਡੋਲਦਾ ਨਹੀਂ। ਪੂਰਨ ਹੋਏ ਤ੍ਰਿਪਤਾਨੀ, ਉਹ ਭਾਈ ਤ੍ਰਿਪਤ ਹੋ ਗਏ ਤੇ ਉਹਨਾਂ ਦਾ ਜੀਵਨ ਮੁਕੰਮਲ ਹੋ ਗਿਆ। ਜਿਵੇਂ ਆਪਾਂ ਕਹਿੰਦੇ ਆ ਵੀ ਫਲਾਨੇ ਮਹਾਂਪੁਰਸ਼ ਪੂਰੇ ਹੋ ਗਏ, ਜਾਂ ਆਪਾਂ ਕਹਿੰਦੇ ਵੀ ਬਾਪੂ ਪੂਰਾ ਹੋ ਗਿਆ। ਗੁਰਮੁਖ ਇੱਥੇ ਇਸ ਥਾਂ ਤੇ ਮਹਾਂਪੁਰਸ਼ਾਂ ਨੇ ਇੱਕ ਸਾਖੀ ਸੁਣਾਈ ਸੀ, ਬਾਬਾ ਕਰਤਾਰ ਸਿੰਘ ਜੀ ਨੇ, ਇੱਕ ਮਹਾਤਮਾ, ਉਹਨਾਂ ਨੂੰ ਬੇਸਵਾ ਕਹਿੰਦੀ ਵੀ ਬਾਬਾ ਜੀ ਮੇਰੇ ਕੁੱਤੇ ਦੀ ਪੂਛ ਚੰਗੀ ਕਿ ਤੁਹਾਡੀ ਦਾੜੀ ਚੰਗੀ। ਮਹਾਤਮਾ ਚੁੱਪ। ਅੰਤਮ ਸਮਾਂ ਆਇਆ ਤੇ ਆਪਣੇ ਸੇਵਾਦਾਰ ਨੂੰ ਕਹਿੰਦੇ ਵੀ ਗੁਰਮੁਖ ਬੀਬੀ ਨੂੰ ਬੁਲਾ ਕੇ ਲਿਆਓ, ਤੇ ਕਹਿਣ ਉਹ ਸੇਵਾਦਾਰ ਕਹਿੰਦੇ ਵੇਖੋ ਬਾਬਿਆਂ ਦਾ ਅੰਤਮ ਸਮੇਂ ਕਿਹੜੇ ਪਾਸੇ ਖਿਆਲ ਚਲਾ ਗਿਆ। ਕਹਿਣ ਲੱਗੇ ਗੁਰਮੁਖ ਬਚਨ ਮੰਨੀ ਦਾ, ਮੇਰੀ ਚਿੰਤਾ ਨਾ ਕਰੋ। ਉਹ ਬੀਬੀ ਆਈ ਤੇ ਕਹਿਣ ਲੱਗੇ ਧੀਏ ਰਾਣੀਏ, ਤੇਰੇ ਕੁੱਤੇ ਦੀ ਪੂਛ ਨਾਲੋਂ ਸਾਡੀ ਦਾੜੀ 100 ਗੁਣਾ ਚੰਗੀ। ਉਹ ਬੀਬੀ ਕਹਿਣ ਲੱਗੀ ਬਾਬਾ ਜੀ ਗੱਲ ਤਾਂ ਇੰਨੀ ਸੀ, ਮੈਂ ਤੁਹਾਨੂੰ ਕਈ ਵਾਰ ਜਾਣ ਕੇ ਗੱਲ ਕਹੀ, ਤੁਸੀਂ ਉਦੋਂ ਬੋਲੇ ਨਹੀਂ ਤੇ ਹੁਣ ਕਹਿੰਦੇ ਵੀ ਮੇਰੀ ਦਾੜੀ ਚੰਗੀ। ਉਹ ਕਹਿਣ ਲੱਗੇ ਧੀਏ ਅਜੋ ਸੁਣਾਓ, ਸਮੁੰਦਰ ਮੇਂ ਕਿਆ ਜਾਨਾ ਕੋਇ। ਆਪਣੇ ਆਮ ਹੈ ਵੀ ਬੰਦੇ ਦੀ ਜਿਉਂਦਿਆਂ ਕਦਰ ਨਹੀਂ, ਮਰਿਆਂ ਤੋਂ ਬਾਅਦ ਆਪਾਂ ਬਰਸੀਆਂ ਮਨਾਉਣੇ, ਮੇਲੇ ਕਰਦੇ ਹਾਂ। ਉਹਦਾ ਮੇਨ ਕਾਰਨ ਇੱਕੋ ਕਿ ਪਤਾ ਨਹੀਂ ਬੰਦੇ ਦਾ ਮਨ ਅਖੀਰ 'ਤੇ ਆ ਕੇ ਡੋਲ ਜਾਏ। ਆਪਾਂ ਜੇ ਦਾਅਵਾ ਕਰੀਏ ਨਾ ਵੀ ਮੈਂ ਕਾਇਮ ਹਾਂ ਅਤੇ ਭੁਲੇਖ ਹੈ, ਤਾਂ ਗੁਰੂ ਕਿਰਪਾ ਕਰਕੇ ਬਚਾਵੇ। ਇੱਕ ਮੈਂ ਕਿਸੇ ਵਿਦਵਾਨ ਕੋਲੋਂ ਗੱਲ ਸੁਣੀ ਸੀ, ਬੜੀ ਭਾਵਪੂਰਤ ਹੈ। ਭਾਂਡੇ 'ਤੇ ਮਾੜੀ ਜਿਹੀ ਠੋਕਰ ਲੱਗਦੇ ਟੁੱਟ ਜਾਂਦਾ, ਲੇਕਿਨ ਘੁਮਿਆਰ ਬੜੀਆਂ ਸੱਟਾਂ ਮਾਰਦਾ ਅਤੇ ਭਾਂਡਾ ਟੁੱਟਦਾ ਨਹੀਂ। ਉਹਦਾ ਕਾਰਨ ਵੀਰ ਕਹਿੰਦਾ ਵੀ ਜਦੋਂ ਘੁਮਿਆਰ ਸੱਟਾਂ ਮਾਰਦਾ ਥੱਲੇ ਹੱਥ ਵੀ ਰੱਖਦਾ। ਆਪਾਂ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ, ਪਾਤਸ਼ਾਹ ਅਸੀਂ ਤੇਰੀਆਂ ਸੱਟਾਂ ਜਰਨ ਜੋਗੇ ਨਹੀਂ, ਪਰ ਇਹ ਕਿਰਪਾ ਕਰੀ ਥੱਲੇ ਰਹਿਮਤ ਭਰਿਆ ਹੱਥ ਰੱਖੀ, ਜੇ ਮਾੜੀ ਮੋਟੀ ਸੱਟ ਲੱਗੇ ਤਾਂ ਅਸੀਂ ਟੁੱਟ ਨਾ ਜਾਈਏ। ਇਹ ਅਸੀਂ ਅਰਦਾਸ ਬੇਨਤੀ ਕਰਨੀ ਹੈ। ਉਹਦੀ ਪਰਖ ਵਿੱਚ ਪਾਸ ਹੋਣਾ ਬੜਾ ਔਖਾ ਹੈ। ਤੂੰ ਮੇਰੇ ਪਾਤਸ਼ਾਹ ਕਹਿੰਦੇ ਉਹ ਮਨੁੱਖ ਜਿਨ੍ਹਾਂ ਨੇ ਗੁਰੂ ਦਾ ਮੰਤਰ ਆਪਣੇ ਹਿਰਦੇ 'ਚ ਵਸਾ ਲਿਆ, ਉਹ ਆਪਣੇ ਸਟੈਂਡ ਤੋਂ ਬਦਲਦੇ ਨਹੀਂ ਔਰ ਉਹ ਦ੍ਰਿੜ ਪ੍ਰਪੱਕ ਹਨ। ਉਹ ਮਨੁੱਖ ਮੁਕੰਮਲ ਜੀਵਨ ਲੈ ਕੇ ਗਏ। ਕੌਣ ਲੈ ਕੇ ਗਏ? ਜਿਹੜੇ ਤ੍ਰਿਪਤ ਨੇ, ਤ੍ਰਿਪਤ ਤੋਂ ਪਾਵਰਾਜ ਜਾਣਾ। ਆਪਾਂ ਗੁਰਮੁਖ ਜਿੰਨੇ ਵੀ ਸਿਰ ਆਏ ਹਾਂ, ਕਿਸੇ ਨੂੰ ਕੁਝ ਨਾ ਕਹੀਏ,
ਆਪਾਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਆਣ ਕੇ ਤੇ ਮੰਗਾ ਰੱਖੀ ਜਾਂਦੇ ਵੀ ਮੈਨੂੰ ਆਹ ਵੀ ਨਹੀਂ ਮਿਲਿਆ, ਆਹ ਵੀ ਨਹੀਂ ਮਿਲਿਆ ਤੇ ਆਹ ਵੀ ਨਹੀਂ ਮਿਲਿਆ, ਜਿਹੜਾ ਕੁਝ ਮਿਲਿਆ ਨਾ ਕਦੇ ਧੰਨਵਾਦ ਨਹੀਂ ਜੀ ਕੀਤਾ। ਮੈਨੂੰ ਕਿਸੇ ਦਾ ਪਤਾ ਨਹੀਂ, ਮੈਂ ਤਾਂ ਆਪਣੀ ਗੱਲ ਕਰਦਾ ਵੀ ਇੰਨਾ ਕੁਝ ਮਿਲਣ ਦੇ ਬਾਅਦ ਕਦੇ ਨਹੀਂ ਆਖਿਆ ਵੀ ਪਾਤਸ਼ਾਹ ਬੜਾ ਕੁਝ ਦਿੱਤਾ ਤੇਰਾ ਧੰਨਵਾਦ। ਇਹ ਕਈ ਜਾਣੇ ਵੀ ਆਹ ਨਹੀਂ ਮਿਲਿਆ, ਜਿਹੜਾ ਮਿਲਿਆ ਕਦੇ ਉਹ ਵੀ ਧੰਨਵਾਦ ਕਰਿਆ ਕਰੀਏ। ਜਿਹੜੇ ਉਹ ਗੁਰਮੁਖ ਨੇ ਨਾ ਉਹਦਾ ਸ਼ੁਕਰਾਨਾ ਕਰਦੇ ਵੀ ਵਾਹਿਗੁਰੂ ਜੋ ਕੁਝ ਦਿੱਤਾ ਤੇਰੀ ਮਿਹਰਬਾਨੀ, ਇਹ ਤੇਰੀ ਰਹਿਮਤ, ਇਹ ਉਹਨਾਂ ਗੁਰਮੁਖਾਂ ਦੀ ਅਵਸਥਾ ਹੈ, ਇਹਦਾ ਰਿਜ਼ਲਟ ਕੀ ਨਿਕਲੇਗਾ। ਓਏ ਜੋ ਬੀਚ ਹਮ ਤੁਮ ਕਛ ਹੋਤੇ, ਇਹਦਾ ਰਿਜ਼ਲਟ ਇਹ ਨਿਕਲਿਆ ਵੀ ਜਿਹੜਾ ਮੈਂ ਤੇ ਤੂੰ ਹੈ ਨਾ, ਤੂੰ ਮੈਂ ਤੇ ਤੂੰ ਜਿਹੜਾ ਇਹ ਫਰਕ ਸੀ, ਤਿੰਨ ਕੀ ਬਾਤ ਬਲਾਨੀ, ਉਹ ਕਹਿੰਦੇ ਉਹ ਗੱਲਾਂ ਖਤਮ ਹੋ ਗਈਆਂ, ਬਾਤ ਬੀਤੇ ਸਮੇਂ ਦੀਆਂ ਗੱਲਾਂ ਹੋ ਗਈ, ਬਲਾਨੀ ਤੋਂ ਪਾਪ ਨਾਸ ਹੋ ਜਾਣਾ। ਅਲੰਕਾਰ ਮਿਲ ਥੈਲੀ ਹੋਈ ਹੈ, ਅਲੰਕਾਰ ਕਹਿੰਦੇ ਨੇ ਗਹਿਣਿਆਂ ਨੂੰ, ਜਿਵੇਂ ਕੁਠਾਲੀ ਦੇ ਵਿੱਚ ਸਾਡਾ ਸੁਨਿਆਰਾ ਭਰਾ, ਉਹਦੇ ਵਿੱਚ ਚੂੜੀਆਂ ਨੇ, ਵਿੱਚ ਮੁੰਦੀ ਹੈ, ਵਿੱਚ ਹੋਰ ਗਹਿਣੇ ਨੇ, ਤੇ ਜਦੋਂ ਉਹ ਕੁਠਾਲੀ 'ਚ ਪੈ ਜਾਣ ਤੇ ਸਾਰਾ ਇੱਕ ਡਲੀ ਬਣ ਜਾਂਦੀ ਹੈ। ਇਸੇ ਪ੍ਰਕਾਰ ਜਦੋਂ ਮਨੁੱਖਾਂ ਨੂੰ ਅਧਿਆਤਮ ਗਿਆਨ ਹੋ ਜਾਂਦਾ ਹੈ ਜਾਂ ਗੁਰੂ ਕੀ ਸੰਗਤ ਵਿੱਚ ਆ ਜਾਂਦੇ ਨੇ, ਉੱਥੇ ਨਾ ਕੋਈ ਉੱਚਾ, ਨਾ ਕੋਈ ਨੀਵਾਂ, ਨਾ ਕੋਈ ਹਿੰਦੂ, ਨਾ ਕੋਈ ਸਿੱਖ, ਨਾ ਕੋਈ ਮੁਸਲਮਾਨ, ਨਾ ਕੋਈ ਦਲਿਤ, ਨਾ ਕੋਈ ਉੱਚੀ ਸ਼੍ਰੇਣੀ, ਉੱਥੇ ਕੇਵਲ ਅਤੇ ਕੇਵਲ ਇੱਕੋ ਸਿਧਾਂਤ, ਏਕ ਪਿਤਾ ਏਕ ਸਕੀ ਹਮ ਬਾਰਕ, ਸਾਡਾ ਸਾਰਿਆਂ ਦਾ ਇੱਕ ਵਾਹਿਗੁਰੂ ਪਿਤਾ ਹੈ, ਅਸੀਂ ਸਾਰੇ ਦੇ ਸਾਰੇ ਉਹਦੇ ਬੱਚੇ ਹਾਂ। ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਿਖਾਣੀ, ਕਣਕ ਕਹਿੰਦੇ ਨੇ ਸੋਨੇ ਨੂੰ, ਵਿਖਾਣੀ ਤੋਂ ਭਾਵ ਕਹਿੰਦੇ ਹਨ। ਜਦੋਂ ਉਹ ਸਾਰੇ ਦੇ ਸਾਰੇ ਸੋਨੇ ਦੇ ਵੱਖ ਵੱਖ ਗਹਿਣੇ ਢਲ ਕੇ ਇੱਕ ਹੋ ਗਏ ਨਾ, ਰਹਿਣੀ ਬਣ ਗਈ, ਡਲੀ ਬਣ ਗਈ, ਅਤੇ ਆਪਾਂ ਕਹਿੰਦੇ ਸੋਨਾ ਹੈ। ਇਸ ਪ੍ਰਕਾਰ ਭਾਵੇਂ ਬਾਬਾ ਫਰੀਦ ਮੁਸਲਮਾਨ ਹੈ, ਭਾਵੇਂ ਬਾਬਾ ਕਬੀਰ ਜੀ ਬਰਾਗੀ ਹਨ, ਭਾਵੇਂ ਬਾਬਾ ਫਰੀਦ ਜੀ ਕੱਟੜ ਨਮਾਜ਼ੀ ਨੇ, ਜਦੋਂ ਪਰਿਪੂਰਨ ਪਰਮਾਤਮਾ ਨਾਲ ਇੱਕ ਹੋ ਗਏ, ਅਸੀਂ ਬਾਬਾ ਕਬੀਰ ਜੀ ਨੂੰ ਮੱਥਾ ਵੀ ਟੇਕਦੇ ਹਾਂ, ਬਾਬਾ ਫਰੀਦ ਜੀ ਨੂੰ ਮੱਥਾ ਵੀ ਟੇਕਦੇ ਹਾਂ, ਬਾਬਾ ਅਵਦਾਸ ਨੂੰ ਮੱਥਾ ਟੇਕਦੇ ਹਾਂ, ਪਰ ਟੇਕਦੇ ਕਦੋਂ ਆ? ਆਪ ਗਵਾਈਏ ਤਾਂ ਸ਼ੋ ਪਾਈਏ, ਔਰ ਕੈਸੀ ਚਤਰਾਈ। ਆਪਾਂ ਜਦੋਂ ਵੀ ਮਿਲਦੇ ਹਾਂ ਨਾ ਕਿਸੇ ਨੂੰ, ਤੇ ਆਪਾਂ ਕਹਿੰਦੇ ਭਾਈ ਸਾਹਿਬ ਮੈਨੂੰ ਪਛਾਣਿਆ ਜੇ। ਔਰ ਇੱਕ ਨਵਾਂ ਕੰਮ ਚੱਲਿਆ ਵੀ ਬੜਗੂ ਵਿੱਚ ਬੜੇ ਬੜੇ ਕਾਰਡ ਪਏ ਨੀ ਵੀ ਆ ਮੇਰਾ ਕਾਰਡ ਲੈ ਲਓ, ਅਗਲਾ ਭਾਵੇਂ ਮੰਗੇ ਜਾਂ ਨਾ ਮੰਗੇ ਵੀ ਮੈਂ ਵੀ ਕੁਝ ਹਾਂ। ਪਰ ਯਾਦ ਰੱਖਣਾ, ਜਿੰਨਾ ਚਿਰ ਦਾਣਾ ਆਪਣੀ ਹੋਂਦ ਨੂੰ ਕਾਇਮ ਰੱਖਦਾ ਉਹਨਾਂ ਚਿਰ ਉੱਗਦਾ ਨਹੀਂ, ਅਤੇ ਜਦੋਂ ਉਹ ਦਾਣਾ ਆਪਣੀ ਹੋਂਦ ਨੂੰ ਛੱਡ ਦੇ, ਟੁੱਟ ਜਾਏ, ਉਹਦੇ 'ਚੋਂ ਕਈ ਦਾਣੇ ਪੈਦਾ ਹੁੰਦੇ ਹਨ। ਸਤਿਗੁਰੂ ਪਾਤਸ਼ਾਹ ਸਾਡੇ 'ਤੇ ਵੀ ਕਿਰਪਾ ਕਰਨ ਅਤੇ ਸਾਡੀ ਇਹ ਅਵਸਥਾ ਬਣੇ, ਜਿਵੇਂ ਵੱਖ ਵੱਖ ਗਹਿਣੇ ਕਠਾਲੀ 'ਚ ਪੈ ਕਰਕੇ ਉਹਨਾਂ ਨੂੰ ਸੋਨਾ ਕਿਹਾ ਜਾਂਦਾ ਹੈ, ਇਸੇ ਪ੍ਰਕਾਰ ਭਾਵੇਂ ਕੋਈ ਕਿਸੇ ਧਰਮ ਨਾਲ ਸੰਬੰਧਿਤ ਹੈ, ਕਿਸੇ ਜਾਤੀ ਕਿਸੇ ਮੁਲਕ ਨਾਲ ਸੰਬੰਧਿਤ ਹੈ ਨਾ, ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦਿਆ, ਇਹ ਅਵਸਥਾ ਬਣ ਜਾਂਦੀ ਹੈ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਉਹਨਾਂ ਗੁਰਮੁਖ ਪਿਆਰਿਆਂ ਜੋਤ ਤੋਂ ਭਾਵ ਹੈ ਚਾਨਣ ਨੂਰ। ਆਪਾਂ ਆਮ ਕਰਕੇ ਸਰੋਂ ਦੇ ਤੇਲ ਦੇ ਦੀਵੇ, ਘਿਓ ਦੇ ਤੇਲ ਦੇ ਦੀਵੇ ਦੁਆਖਿਆਂ ਦੇ ਵਿੱਚ ਆਮ ਲੋਕਾਂ ਦਾ ਰਿਵਾਜ਼ ਬਣ ਗਿਆ,
ਮੈਂ ਆਪਾਂ ਸਾਰੇ ਤੁਸੀਂ ਗੁਰਸਿੱਖ ਅਭਿਆਸੀ ਹੋ, ਮੈਂ ਤੁਹਾਨੂੰ ਬੇਨਤੀ ਕਰਾਂ, ਬੰਦਾ ਮੁੱਕ ਜਾਂਦਾ, ਗਿਆਨ ਨਹੀਂ ਮੁੱਕਦਾ। ਇੱਕ ਮੇਰੇ ਸੁਣਨ ਵਿੱਚ ਨਵੀਂ ਗੱਲ ਆਈ ਵੀ ਲੋਕਾਂ ਨੇ ਘਰਾਂ ਵਿੱਚ ਦੀਵੇ ਜਗਾਏ ਅਤੇ ਕਹਿੰਦੇ ਗਿਆਨੀ ਜੀ ਸ਼ਹੀਦਾਂ ਦਾ ਦੀਵਾ ਹੈ। ਮੈਂ ਹਜ਼ਾਰਾਂ ਗ੍ਰੰਥ ਪੜ੍ਹੇ ਨੇ, ਅੱਠੇ ਪਰ ਪੜ੍ਹਦਾ, ਮੈਨੂੰ ਅੱਜ ਤੱਕ ਸ਼ਹੀਦਾਂ ਦਾ ਦੀਵਾ ਨਹੀਂ ਜਲਬਾ ਕਿਸੇ ਪੋਥੀ 'ਚੋਂ। ਅਤੇ ਜੇ ਕਿਸੇ ਭਰਾ ਜਾਂ ਭੈਣ ਨੂੰ ਜਾਣਕਾਰੀ ਹੋਵੇ ਨਾ, ਤਾਂ ਮੈਂ ਉਹਦਾ ਰਿਣੀ ਹੋਵਾਂਗਾ। ਉਹ ਮੇਰੇ 'ਤੇ ਕਿਰਪਾ ਕਰਕੇ ਮੈਨੂੰ ਸਮਝਾ ਦੇ ਤਾਂ ਕਿ ਉਹ ਮੈਸੇਜ ਮੈਂ ਅੱਗੇ ਸੰਗਤਾਂ ਨੂੰ ਹੋਰ ਵੀ ਦੇਵਾਂ। ਅਸੀਂ ਦਵਾਖਿਆਂ ਦੀ ਜੋਤ ਨੂੰ ਮੰਨਣ ਲੱਗ ਪਏ, ਅਸੀਂ ਭੁੱਲ ਗਏ ਸਤਿਗੁਰ ਸ਼ਬਦ, ਉਜਾਰੋ ਦੀਪਾ ਬਿਨਸੋ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ, ਜਿਹਦੀ ਵਿਆਖਿਆ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਬੜੀ ਸੁੰਦਰ ਕੀਤੀ ਹੈ। ਉਹ ਕਹਿੰਦੇ ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸਾਂ ਧਾ ਗਲ ਵਕੜੀ ਪਾਈ, ਨਿਰੇ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਭਾਵੇਂ ਅਸੀਂ ਕੁਰਾਨ ਦਾ ਮੁਤਾਲਿਆ ਕਰੀਏ, ਭਾਵੇਂ ਵਿਦਾਂਤ ਪੜ੍ਹੀਏ, ਇਹ ਵੱਖਰੀ ਗੱਲ, ਭਾਸ਼ਾ ਦਾ ਫਰਕ ਹੈ, ਕਿਉਂਕਿ ਅਰਬੀ ਭਾਸ਼ਾ ਵਿੱਚ ਉਹਨੂੰ ਨੂਰ ਕਹਿੰਦੇ ਨੇ, ਆਪਾਂ ਚਾਨਣ ਕਹਿੰਦੇ ਨੇ ਆ। ਅਤੇ ਇਹਦਾ ਅੰਤਰੀਵ ਅਰਥ ਇਹ ਹੈ, ਜਿਹੜਾ ਉਹ ਪਰਮਾਤਮਾ ਉਹ ਪ੍ਰਕਾਸ਼ ਰੂਪ ਆ, ਪਰ ਜੇ ਆਪਾਂ ਉਹਨੂੰ ਕਹੀਏ ਨਹੀਂ ਪਕੜੀਏ ਤਾਂ ਪਕੜਿਆ ਨਹੀਂ ਜਾਏਗਾ। ਆਪਾਂ ਲਫ਼ਜ਼ ਪੜ੍ਹਦੇ ਅਗਮ ਅਗੋਚਰ, ਆਮ ਅਸੀਂ ਗੁਰਬਾਣੀ 'ਚ ਪੜ੍ਹਦੇ, ਅਗਮ ਦਾ ਅਰਥ ਕੀਤਾ ਮਹਾਂਪੁਰਸ਼ਾਂ ਨੇ ਮਨ ਦੀ ਪਹੁੰਚ ਤੋਂ ਪਰਾਂ, ਅਗੋਚਰ ਤੋਂ ਭਾਵ ਸਾਡੀ ਇੰਦਰੀਆਂ ਦੀ ਪਕੜ ਤੋਂ ਪਰਾਂ, ਜਿਹੜਾ ਇਹਨਾਂ ਅੱਖਾਂ ਨਾਲ ਪੂਰਾ ਵੇਖਿਆ ਨਾ ਜਾ ਸਕੇ, ਇਹਨਾਂ ਹੱਥਾਂ ਨਾਲ ਪਕੜਿਆ ਨਾ ਜਾ ਸਕੇ, ਇਹਨਾਂ ਕੰਨਾਂ ਨਾਲ ਆਪਾਂ ਉਹਨੂੰ ਸਮੱਗਰ ਰੂਪ ਵਿੱਚ ਸੁਣ ਨਾ ਸਕੀਏ, ਉਹਨੂੰ ਆਪਾਂ ਕਹਿੰਦੇ ਅਗਮ ਅਗੋਚਰ। ਮੇਰੇ ਪਾਤਸ਼ਾਹ ਕਹਿੰਦੇ ਵੀ ਉਹ ਗੁਰਮੁਖ ਜਨ ਜਦੋਂ ਉਹਨਾਂ ਪਿਆਰਿਆਂ ਦੇ ਅੰਦਰ ਪਰਮਾਤਮਾ ਦਾ ਚਾਨਣ ਹੋ ਗਿਆ ਤਾਂ ਇੱਕ ਤਬਦੀਲੀ ਆਏਗੀ। ਕਿਹੜੀ? ਸਹਿਜ ਤੋਂ ਭਾਵ ਅਡੋਲਤਾ। ਆਪਾਂ ਪੈਰ ਪੈਰ 'ਤੇ ਡੋਲਦੇ ਹਾਂ, ਕਬਹੂੰ ਜੀੜਾ ਉਬ ਚੜ੍ਹਤ ਹੈ, ਕਬਹੂੰ ਜਾਏ ਪਿਆਲੇ, ਲੋਭੀ ਜੀੜਾ ਥਿਰਨਾ ਰਹਿਤ ਹੈ, ਚਾਰੇ ਕੂੰਟਾਂ ਭਾਲੇ। ਉਹਨਾਂ ਗੁਰਮੁਖ ਪਿਆਰਿਆਂ ਜਿਨ੍ਹਾਂ ਦੇ ਅੰਦਰ ਨਾਮ ਦਾ ਚੰਨ ਹੋ ਗਿਆ, ਜਿਹੜਾ ਚੰਨ ਪਕੜਿਆ ਨਹੀਂ ਜਾਂਦਾ, ਪਰ ਚਾਨਣ ਦਾ ਫਾਇਦਾ ਇਹ ਹੈ ਕਿ ਚੰਨ ਹੋਵੇ ਤਾਂ ਆਪਾਂ ਨੂੰ ਉੱਚੇ ਨੀਵੀਂ ਥਾਂ ਦਾ ਪਤਾ ਚੱਲੇਗਾ ਕਿ ਇਸ ਥਾਂ 'ਤੇ ਪੈਰ ਰੱਖ ਅਤੇ ਇੱਥੇ ਨਾ ਰੱਖ। ਹਨੇਰੇ ਵਿੱਚ ਆਪਾਂ ਟੱਕਰਾਂ ਮਾਰਾਂਗੇ। ਅੱਜ ਕੱਲ੍ਹ ਦੇ ਜ਼ਮਾਨੇ 'ਚ ਆ ਥਾਂ ਥਾਂ 'ਤੇ ਅੰਮ੍ਰਿਤਸਰ ਸਾਹਿਬ ਅਸੀਂ ਜਦੋਂ ਅਖਬਾਰ ਲੈਂਦੇ ਨਾ, ਅਤੇ ਨਾਲ ਲਿਖਿਆ ਹੁੰਦਾ ਫਲਾਨਾ ਮੀਆਂ ਜਮਾਲ ਕਾਲੇ ਲੰਬੇ ਬੜੇ ਮਾਰਨੇ, ਰੋਜ਼ਾਨਾ ਆਉਂਦਾ, ਉਹਦਾ ਕੋਈ ਪੈਸਾ ਨਹੀਂ। ਮੈਂ ਕਿਤੇ ਰਾਜਸਥਾਨ ਵਿੱਚ ਇੱਕ ਮਹਾਤਮਾ ਕੋਲ, ਮੈਨੂੰ ਪਤਾ ਚੱਲਿਆ ਵੀ ਵਿਚਾਰ ਸਾਗਰ, ਉਹ ਮੈਂ ਪੜ੍ਹਿਆ ਨਹੀਂ ਸੀ ਪੜ੍ਹਾਉਂਦਾ, ਅਤੇ ਮੈਂ ਚਲਾ ਗਿਆ ਉਹਦੇ ਕੋਲ। ਅੱਖਾਂ ਤੋਂ ਸੂਰਮਾ, ਸਰਾਣੇ ਉਹਦੀ ਸ਼ਰਾਬ ਦੀ ਬੋਤਲ ਪਈ, ਸੰਤਰਾ ਮਾਰਕਾ ਦੇ ਨਸਵਾਰ ਲਵੇ, ਪਰ ਗਰਜ ਬੜੀ ਚੰਦਰੀ ਹੈ। ਮੈਂ ਅੰਮ੍ਰਿਤਧਾਰੀ ਹੁੰਦਿਆਂ ਉਹਦੇ ਪੈਰੀਂ ਹੱਥ ਲਾਇਆ ਅਤੇ ਮੈਂ ਉਹਦੇ ਕੋਲੋਂ ਗੁਣ ਲੈਣਾ, ਅਤੇ ਮੈਨੂੰ ਕਹਿੰਦਾ ਕਾਕਾ ਜੀ ਮੈਂ ਤੈਨੂੰ ਕਾਲਾ ਲਿੰਬ ਸਿਖਾ ਦਿਆਂ। ਅਤੇ ਮੈਂ ਕਿਹਾ ਬਾਬਾ ਜੀ ਦੀ ਕੋਈ ਚਿੱਟਾ, ਉਹਨੇ ਕਾਲੇ ਨੂੰ ਖੁਦ ਮਾਰ ਸੁੱਟਣਾ। ਮੈਂ ਉਸੇ ਮੌਕੇ ਫਤਿਹ ਬੁਲਾ ਕੇ ਮੁੜਾਇਆ। ਗੁਰਮੁਖੋ ਚਿੱਟਾ ਨੂਰ ਇਲਮ ਕਿਹੜਾ, ਗੁਰੂ ਕੀ ਬਾਣੀ। ਇਹ ਸਾਨੂੰ ਕਹਿੰਦਾ ਸੰਚ ਹਰਤਾਨ ਪੂਰ ਸਤਿਗੁਰ ਮਨੋ ਛੋੜ ਵਕਾਰ। ਇਹ ਸਾਨੂੰ ਚਿੱਟਾ ਇਲਮ ਕਹਿੰਦਾ ਜਾਂ ਰਹਿਣਾ ਨਾ ਹੀ ਐਤ ਜਗ ਤਾਂ ਕਾਇਤ ਗਾਰ ਵੰਡੀਏ, ਜੇ ਨਹੀਂ ਨਾ ਰਹਿਣਾ ਤਾਂ ਇੰਨੀ ਮੈਂ ਨਾ ਕਰ। ਉਹ ਗੁਰਮੁਖ ਜਨ ਜਿਨ੍ਹਾਂ ਪਿਆਰਿਆਂ ਦੇ ਅੰਦਰ ਪਰਮਾਤਮਾ ਦੀ ਜੋਤ ਪ੍ਰਗਟ ਹੋ ਗਈ ਹੈ, ਭਾਵ ਚਾਨਣ ਹੋ ਗਿਆ ਨਾ, ਇੱਕ ਤਾਂ ਉਹਨਾਂ ਦੇ ਅੰਦਰ ਅਡੋਲਤਾ ਜਾਂਦੀ ਹੈ। ਉਹ ਅੱਠੇ ਪਰ ਸੁੱਖ ਦੇ ਸਹਿਤ ਨੇ ਔਰ ਅੱਠੇ ਪਰ ਪਰਿਪੂਰਨ ਪਰਮਾਤਮਾ ਦੀ ਵਡਿਆਈ ਕਰਦੇ ਨੇ, ਸੋਭਾ ਕਰਦੇ ਨੇ।
ਤੇ ਉਹਨਾਂ ਦੀ ਸੋਭਾ ਕਰਕੇ ਉਹਨਾਂ ਗੁਰਮੁਖਾਂ ਦੀ ਸੋਭਾ ਵੀ ਹੁੰਦੀ ਹੈ। ਬਾਬਾ ਰਨਾਮ ਸਿੰਘ ਇੱਥੇ ਮਹਾਂਪੁਰਸ਼ਾਂ ਨੇ ਨਿਵਾਸ ਕੀਤਾ। ਰਨਾਮ ਸਿੰਘ ਨਾਂ ਦੇ ਕਿੰਨੇ ਮਹਾਂਪੁਰਖ ਨੇ, ਕਿੰਨੇ ਬੰਦੇ ਹੋਏ। ਮੈਂ ਰਾਤ ਪਟਿਆਲੇ ਤੋਂ ਆਇਆ ਤੇ ਰਸਤੇ ਵਿੱਚ ਬਾਬਾ ਹਰਨਾਮ ਸਿੰਘ ਮਹਾਂਪੁਰਸ਼ਾਂ ਦਾ ਸਥਾਨ ਹੈ, ਮੈਨੂੰ ਪਿੰਡ ਹੁਣੇ ਵਿਸਰ ਗਿਆ, ਹੁਸ਼ਿਆਰਪੁਰ ਦੇ ਲਾਗੇ। ਮੈਂ ਨਮਸਕਾਰ ਕੀਤੀ, ਉਦੋਂ ਅੱਧੀ ਰਾਤ ਦਾ ਟਾਈਮ ਹੋਵੇਗਾ। ਉਹਨਾਂ ਮਹਾਂਪੁਰਸ਼ਾਂ ਨਮਸਕਾਰ ਕੀਤੀ, ਮੈਂ ਉਹਨਾਂ ਦਾ ਜੀਵਨ ਪੜਿਆ। ਉਹ ਗੁਰਮੁਖ ਜਨ ਜਿਹਨਾਂ ਪਰਮਾਤਮਾ ਦੀ ਸੋਭਾ ਕੀਤੀ, ਲੋਕ ਉਹਨਾਂ ਦੀ ਸੋਭਾ ਵੀ ਕਰਦੇ ਨੇ। ਤੇ ਸੋਭਾ ਕਿਉਂ ਕਰਦੇ ਨੇ? ਬਾਜੇ ਅਣਹੱਤ ਬਾਣੀ, ਅਣਹੱਤ ਬਾਣੀ ਤੋਂ ਭਾਵ ਕੰਟੀਨਿਊਸਲੀ ਲਗਾਤਾਰ ਜਾਪ ਚੱਲਣਾ। ਇਹ ਬੜਾ ਲੰਮਾ ਵੇਰਵਾ, ਪਰਾ ਪਸੰਤੀ ਮਧਮਾ ਤੇ ਬੈਖਰੀ, ਜੋ ਆਪਾਂ ਬੋਲਦੇ ਹਾਂ ਜ਼ਬਾਨ ਨਾਲ ਇਹਨੂੰ ਕਹਿੰਦੇ ਨੇ ਬੈਖਰੀ। ਇਸੇ ਤਰ੍ਹਾਂ ਜਦੋਂ ਨਾਭੀ ਵਿੱਚ ਹੋਵੇ ਉਹਨੂੰ ਕਹਿੰਦੇ ਨੇ ਪਰਾ ਜਾਪ। ਇੱਕ ਮੂਸੇ ਪਿੰਡ ਹੈ ਸਾਡੇ ਇਲਾਕੇ 'ਚ, ਬਾਬਾ ਚਵਾਲ ਦੇ ਲਾਗੇ, 47 ਚੌਥ ਮਹਾਂਪੁਰਸ਼ ਆਏ ਸਨ ਪਾਕਿਸਤਾਨ 'ਚੋਂ ਲੱਖੋ ਕੰਤ, ਬਾਬਾ ਤੇਜਾ ਸਿੰਘ ਨਿਰਮਲੇ। ਮੈਨੂੰ ਉਹਨਾਂ ਦਾ ਇੱਕ ਵਿਦਿਆਰਥੀ ਮਿਲਿਆ, ਕਹਿਣ ਲੱਗਾ ਗਿਆਨੀ ਜੀ ਮੈਂ ਉਹਨਾਂ ਦੇ ਸਰੀਰ ਨਾਲ ਕੰਨ ਲਾ ਕੇ ਵੇਖਿਆ, ਉਹਨਾਂ ਦੇ ਅੱਠੇ ਪਰ ਸੁਖਮਨੀ ਸਾਹਿਬ ਦਾ ਜਾਪ ਚੱਲਦਾ ਸੀ। ਮਿੱਡਾ ਪਿੰਡ ਉੱਥੋਂ ਦਾ ਬੰਦਾ ਕਹਿਣ ਲੱਗਾ ਜੀ ਮੈਂ ਵਿਦਿਆਰਥੀ ਉਹਨਾਂ ਦਾ, ਮੇਰਾ ਪਿੰਡ ਪਾਕਿਸਤਾਨ 'ਚ ਕੋਲਾ ਹੈ, ਅਤੇ ਮੈਂ ਉਹਨਾਂ ਦਾ ਵਿਦਿਆਰਥੀ। ਇਸੇ ਤਰ੍ਹਾਂ ਇੱਥੇ ਤੁਹਾਡੇ ਇਸ ਸਥਾਨ 'ਤੇ ਇੱਕ ਸੰਤ ਬਾਬਾ ਕਰਤਾਰ ਸਿੰਘ, ਬਰਿਆਰਾਂ ਵਾਲੇ ਆਉਂਦੇ ਰਹੇ ਸਨ ਬਾਬਾ ਕਰਤਾਰ ਸਿੰਘ ਨਾਲ, ਉਹਨਾਂ ਦੀ ਅਵਸਥਾ ਸੀ। ਭਾਵ ਕਿ ਜਿੰਨਾ ਸਾਡੀ ਪਹਿਲੀ ਅਵਸਥਾ ਸਾਨੂੰ ਬੋਲਣਾ ਪੈਂਦਾ, ਖਿਆਲ ਰੱਖਣਾ ਪੈਂਦਾ, ਅਤੇ ਜਦੋਂ ਪੂਰੀ ਅਵਸਥਾ ਬਣ ਜਾਏ ਨਾ, ਜਿਵੇਂ ਪਹਿਲਾਂ ਨਵਾਂ ਗੱਡੀ ਸਿੱਖੀਏ ਤਾਂ ਭਾਵੇਂ ਕਦੇ ਸੱਜੇ ਅਤੇ ਕਦੇ ਖੱਬੇ ਜਾਵੇਗੀ, ਜਦੋਂ ਪੂਰੀ ਜਾ ਜਾਵੇ ਤਾਂ ਗੱਡੀ ਆਪਣੇ ਆਪ ਤੁਰ ਜਾਂਦੀ ਹੈ। ਇਸ ਪ੍ਰਕਾਰ ਉਹਨਾਂ ਗੁਰਮੁਖ ਪਿਆਰਿਆਂ ਦੇ ਅੰਦਰ ਲਗਾਤਾਰ ਅਨਹਾਂ ਤੋਂ ਭਾਵ ਕੰਟੀਨਿਊਸਲੀ ਲਗਾਤਾਰ ਪਰਮਾਤਮਾ ਦਾ ਚਿੰਤਨ ਚੱਲਦਾ। ਕਿਹਨਾਂ ਦਾ? ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨੂਰ ਹੋ ਗਿਆ। ਕਹੋ ਨਾਨਕ ਨੇਚਲ ਕਰ ਬੰਧਿਓ ਗੁਰ ਕੀਓ ਬੰਧਾਨੀ, ਬੰਧਾਨੀ ਤੋਂ ਪਾਪ ਬੰਧਨ, ਜਿਹੜੇ ਗੁਰੂ ਦੇ ਨਿਯਮ ਵਿੱਚ ਆ ਗਏ ਨੇ ਉਹਨਾਂ ਨੂੰ ਅਡੋਲ ਘਰ ਦੀ ਪ੍ਰਾਪਤੀ ਹੋ ਗਈ। ਮੈਂ ਇੱਕ ਨਿੱਕੀ ਜਿਹੀ ਗੱਲ ਬੜੀ ਕਮਲੀ ਜੀ ਕਹਿਣ ਲੱਗਾ, ਮੇਰਾ ਬੇਟਾ ਮੈਂ ਇਸ਼ਨਾਨ ਕਰਾਂ, ਅਤੇ ਮੈਨੂੰ ਕਹਿੰਦਾ ਪਿਤਾ ਜੀ ਆਪਾਂ ਨੂੰ ਏਡ ਨਹੀਂ ਹੋ ਸਕਦੀ, ਛੋਟਾ ਸੀ ਬੱਚਾ। ਮੈਂ ਕਿਹਾ ਕਾਕਾ ਮੈਂ ਤੇਰੀ ਗੱਲ ਨਹੀਂ ਸਮਝਿਆ। ਕਹਿੰਦਾ ਆਪਾਂ ਅੰਮ੍ਰਿਤਧਾਰੀ ਜੂ ਹੋਏ। ਮੈਂ ਕਿਹਾ ਕਾਕਾ ਮੈਂ ਤੇਰੀ ਗੱਲ ਸਮਝ ਗਿਆ, ਜਿਹੜਾ ਗੁਰੂ ਦੇ ਬੰਧਨ ਵਿੱਚ ਆ ਗਿਆ ਨਾ, ਜਿਹਨੇ ਕਸ਼ਹਿਰਾ ਪਾ ਲਿਆ, ਉਹਦੇ ਜਸਾਂ ਦੀ ਰੱਖਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਰਨੀ ਹੈ। ਆਪਾਂ ਕੜਾ ਤਾਂ ਪਾਇਆ ਸਾਰਿਆਂ ਨੇ, ਪਰ ਕਿਤੇ ਦੇ ਫਲਸਫੇ ਨੂੰ ਸਮਝ ਲਈਏ ਤਾਂ ਸਾਡਾ ਜੀਵਨ ਸਫਲਾ ਹੋ ਜਾਏ। ਇਹ ਕੜਾ ਸਾਡਾ ਨਹੀਂ, ਗੁਰੂ ਗੋਬਿੰਦ ਸਿੰਘ ਦਾ, ਅਤੇ ਹੱਥ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਹੋ ਗਏ ਨੇ, ਅਤੇ ਗੁਰੂ ਗੋਬਿੰਦ ਸਿੰਘ ਚੋਰ ਅਤੇ ਯਾਰ ਨਹੀਂ। ਫਿਰ ਆਪਾਂ ਪਰਾਏ ਤਨ ਅਤੇ ਪਰਾਏ ਧਨ ਤੋਂ ਗੁਰੇਜ਼ ਕਰਾਂਗੇ। ਪਰਾਏ ਤਨ 'ਤੇ ਨਿਗਾਹ ਰੱਖਣੀ ਯਾਰ, ਅਤੇ ਪਰਾਏ ਧਨ 'ਤੇ ਨਿਗਾਹ ਰੱਖਣੀ ਚੋਰ। ਗੁਰੂ ਗੋਬਿੰਦ ਸਿੰਘ ਨੇ ਕੜਾ ਪਵਾਇਆ, ਅਤੇ ਗੁਰੂ ਗੋਬਿੰਦ ਸਿੰਘ ਦਾ ਕੜਾ ਸਾਨੂੰ ਸੁਚੇਤ ਕਰਦਾ, ਗੁਰੂ ਕੇ ਸਿੱਖਾ ਇਹ ਹੱਥ ਮੇਰੇ ਨੇ, ਇਹ ਮੰਦ ਕਰਮ ਨਾ ਕਰੀ। ਉਹ ਇਸ ਪੰਕਤੀ ਦਾ ਅਰਥ ਹੈ। ਜਿਹੜੇ ਗੁਰੂ ਦੇ ਬੰਧਨ ਵਿੱਚ ਆ ਗਏ ਨੇ, ਜਿਨ੍ਹਾਂ 'ਤੇ ਗੁਰੂ ਦੀ ਲਗਾਮ ਪੈ ਗਈ, ਜਿਹੜੇ ਗੁਰੂ ਦੀ ਮੁੱਠ ਵਿੱਚ ਆ ਗਏ, ਉਹਨਾਂ ਦਾ ਮਨ ਅਡੋਲ ਹੋ ਗਿਆ। ਸਤਿਗੁਰੂ ਪਾਤਸ਼ਾਹ ਸਾਡੇ 'ਤੇ ਵੀ ਕਿਰਪਾ ਕਰਨ ਕਿ ਇਹ ਸਾਡੀ ਅਵਸਥਾ ਬਣੇ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦਾ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫੀ ਜੀ। ਪ੍ਰਗਟਿਓ ਜੋਤ ਸਹਿਜ ਸੁਖ।